ਉਹ ਦੇਣ ਲੋਰੀਆਂ ਬੁੱਕੜ ਵਿੱਚ ਤੇ ਕਰ ਲੋ ਦੁਆਵਾਂ ਉਹ ਦੇਸ਼ ਧਰਮ ਤੇ ਬਦਲ ਲਈ ਜੋ ਦੇਣ ਸਖਾਵਾਂ ਉਹ ਜਿਸ ਧਰਤੀ ਤੇ ਖੇਡਦੇ ਮੈਂ ਸੱਦ ਕੇ ਜਾਵਾਂ ਉਹ ਜਿਸ ਥਾਂ ਕਦਮ ਹੈ ਪੁੱਟਿਆ ਉਹ ਜਿਸ ਥਾਂ ਕਦਮ ਪੁੱਟਿਆ ਉਹ ਜਿਸ ਥਾਂ ਕਦਮ ਹੈ ਪੁੱਟਿਆ ਉਹ ਤੁਹਾਨੂੰ ਰਾਵਾਂ ਉਹ ਕੂੜ ਜਾਣਾ ਤੁਰ ਗਿਆ ਤੱਕ ਕੇ ਪਰਿਸ਼ਾਵਾਂ ਉਹ ਜਿਸ ਦੀ ਪਿਆਰੀ ਧਰਤੋਂ ਤੋਂ ਮੈਂ ਸੱਦ ਕੇ ਜਿਹੜੇ ਸੋਨੇ ਵਾਂਗੂ ਟਣਦੇ ਨੇ ਪਰੇ ਦੀਵਾਨਾ ਸੱਥ ਪਰੇ ਵਿੱਚ ਕਿਸੇ ਜਿਹੜੇ ਚੱਲਦੇ ਨੇ ਹਮੀ ਪਰੂ ਤੂਫਾਨ ਪਹਿਲਿਆ ਹਮੀ ਪਰੂ ਤੂਫਾਨ ਪਹਿਲਿਆ ਬੜੀ ਸਮਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ ਰਹਿੰਦੀ ਆਦ ਸ਼ਹੀਦਾਂ ਦੀ ਰਹਿੰਦੀ ਆਦ ਸ਼ਹੀਦਾਂ ਦੀ ਜੋ ਆਸ਼ਿਕ ਹੈ ਸ਼ਹਾਦਤ ਕੇ ਵਜੀਨਾ ਛੋੜ ਦੇਤੇ ਹੈ ਸਮਝ ਕੇ ਖਲੌਣਾ ਜਿਸਮ ਆਪਣਾ ਖੁਸ਼ੀ ਸੇ ਫੋੜ ਦੇਤੇ ਹੈ ਨਾ ਹੋਰੋਂ ਕੀ ਹਸਰਤ ਨਾ ਤਖਤੋ ਤਾਜ ਕੀ ਬਾਲਮ ਖੁਦਾ ਵੀ ਦੇ ਖੁਦਾਈ ਤੋਂ ਵਾਪਸ ਮੋੜ ਦਿੰਦੇ ਹੈ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸ਼ਹੀਦਾਂ ਦੀ ਯਾਦ ਅੰਦਰ ਮਨਾਏ ਜਾ ਰਹੇ ਸਮਾਗਮ ਜਿਨ੍ਹਾਂ ਨੂੰ ਸ਼ਰਧਾ ਦੇ ਫੁੱਲ ਤੁਸੀਂ ਭੇਟ ਕਰ ਰਹੇ ਹੋ ਸਾਲਾਨਾ ਸਮਾਗਮ ਅਮਰ ਸ਼ਹੀਦ ਬਾਬਾ ਵੀਰ ਸਿੰਘ ਜੀ ਸਾਹਿਬ ਜਿਨ੍ਹਾਂ ਦੀ ਯਾਦ ਅੰਦਰ ਤੁਸੀਂ ਹਰੇਕ ਸਾਲ ਦੀਵਾਨ ਸਜਾਉਂਦੇ ਹੋ ਔਰ ਚੜ੍ਹਦੀ ਕਲਾ ਦੇ ਜਥੇ ਜਿਹੜੇ ਆਪ ਜੀ ਦੇ ਸਨਮੁਖ ਆਣ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਸਮਾਂ ਮਿਲਿਆ ਅਸੀਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹੈ ਆਪਾਂ ਜਦੋਂ ਵੀ ਗੁਰੂ ਸਾਹਿਬਾਨਾਂ ਦੇ ਚਰਨਾਂ ਚਾਹੀਦਾ ਤੇ ਆਣ ਕੇ ਨਮਸਕਾਰ ਕਰੀਦੀ ਮੱਥਾ ਟੇਕੀਦਾ ਤੇ ਕੋਈ ਤੁਹਾਨੂੰ ਪੁੱਛ ਲੈ ਵੀ ਦੱਸੋ ਮੱਥਾ ਕਿਉਂ ਟੇਕਦੇ ਆ ਮੱਥਾ ਟੇਕਣਾ ਕੋਈ ਮਰਿਆਦਾ ਹੈ ਕੋਈ ਪਰੰਪਰਾ ਹੈ ਮੱਥਾ ਕਾਹਦੇ ਲਈ ਟੇਕਿਆ ਜਾਂਦਾ ਕਈ ਵਾਰ ਇਨਸਾਨ ਕਹਿੰਦਾ ਵੀ ਮੈਂ ਜਿੰਨੀ ਮਰਜ਼ੀ ਭੱਜ ਦੌੜ ਕਰ ਲਵਾਂ ਹੁਣਾਂ ਤੀਫੀ ਹੈ ਜੋ ਮੇਰੇ ਮੱਥੇ ਦੇ ਲੇਖ ਲਿਖੇ ਗਏ ਨੇ ਹੁਣਾਂ ਤੀਫੀ ਹੈ ਜੋ ਮੇਰੇ ਮਸਤਕ ਦੀਆਂ ਲਕੀਰਾਂ ਲਿਖੀਆਂ ਗਈਆਂ ਤੇ ਮੇਰੇ ਮੱਥੇ ਦੇ ਲੇਖ ਨੂੰ ਕੋਈ ਬਦਲ ਸਕਦਾ ਪਾਛਾ ਕਹਿੰਦੇ ਇਨਸਾਨ ਕਈ ਵਾਰੀ ਤੇਰੇ ਮੱਥੇ ਦੇ ਲੇਖ ਪੁੱਠੇ ਲਿਖੇ ਗਏ ਹੁੰਦੇ ਨੇ ਪਰ ਜਦੋਂ ਇਹੀ ਮਸਤਕ ਆਣ ਕੇ ਗੁਰੂ ਚਰਨਾਂ ਚਲਾਉਂਦਾ ਮੱਥਾ ਟੇਕਦਾ ਤੇਰੇ ਮੱਥੇ ਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਆਓ ਜਿੰਨੀਆਂ ਵੀ ਸੰਗਤਾਂ ਸ਼ਹੀਦਾਂ ਦੀ ਯਾਦ ਅੰਦਰ ਇਕੱਤਰ ਹੋਈ ਹੋ ਆਪਾਂ ਗੁਰੂ ਸਾਹਿਬਾਨਾਂ ਦੇ ਚਰਨਾਂ ਚ ਝੁਕਾਉਣਾ ਸੀਸ ਸ਼ਹੀਦਾਂ ਸਿੰਘਾਂ ਨੂੰ ਕਰਨੀਆਂ ਨਮਸਕਾਰਾਂ ਫਤਿਹ ਦੇ ਨਾਲ ਸ਼ਾਂਤ ਪਾਉਣੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਪਿਆਰ ਦਾ ਸਬੂਤ ਦਾ ਦੋਈ ਕਰਜੋੜ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਵੀਰ ਸਿੰਘ ਸਾਹਿਬ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਨਾਮ ਦਾਨ ਤੰਦਰੁਸਤੀ ਦੀ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਾਡੇ ਤੋਂ ਪਹਿਲਾਂ
ਭਾਈ ਸਾਹਿਬ ਜਿਨ੍ਹਾਂ ਨੇ ਕੀਰਤਨ ਕੀਤਾ ਕਲਯੁਗ ਮੈਂ ਕੀਰਤਨ ਪ੍ਰਧਾਨ ਹੈ, ਆਪ ਜੀ ਨੇ ਕੀਰਤਨ ਨੂੰ ਸ਼ਰਵਣ ਕੀਤਾ, ਜਿਨ੍ਹਾਂ ਦੀਆਂ ਬੜੀਆਂ ਪਿਆਰੀਆਂ ਆਵਾਜ਼ਾਂ ਔਰ ਜਿਨ੍ਹਾਂ ਤੇ ਮਹਾਰਾਜ ਦੀ ਬੜੀ ਰਹਿਮਤ। ਉਦੋਂ ਪਹਿਲਾਂ ਸਿੰਘ ਸਾਹਿਬ ਆਪ ਜੀ ਦੇ ਕਥਾ ਦੇ ਨਾਲ ਆਪ ਜੀ ਨੂੰ ਜੋੜ ਕੇ ਗਏ ਔਰ ਬਾਬਾ ਵੀਰ ਸਿੰਘ ਸਾਹਿਬ ਜੀ ਉਹਨਾਂ ਦਾ ਇਤਿਹਾਸ ਜਿਹੜਾ ਆਪ ਜੀ ਦੇ ਨਾਲ ਸਾਂਝ ਪਾ ਕੇ ਗਏ। ਪ੍ਰਬੰਧਕਾਂ ਵੱਲੋਂ ਹੁਣ 60 ਮਿੰਟ ਦਾ ਜਿਹੜਾ ਸਮਾਂ ਅਨਾਊਂਸ ਕੀਤਾ ਗਿਆ ਤੇ ਉਹ ਚੋਂ ਕੁਝ ਸਮਾਂ ਬੀਤ ਚੁੱਕਾ ਹੈ। ਕੋਸ਼ਿਸ਼ ਹੈ ਹਾਂ ਇਤਿਹਾਸ ਬੋਲਦੇ 2-4 ਮਿੰਟ ਵੱਧ ਲੈ ਜਾਈਏ, ਪਰ ਅਸੀਂ ਬਾਬਾ ਵੀਰ ਸਿੰਘ ਸਾਹਿਬ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝ ਪਾਉਣੀ ਔਰ ਸੁਣਦੇ ਤੁਸੀਂ ਹਰੇਕ ਸਾਲ ਹੋ। ਇਹ ਨਹੀਂ ਵੀ ਤੁਸੀਂ ਬਾਬਾ ਵੀਰ ਸਿੰਘ ਸਾਹਿਬ ਦੇ ਇਤਿਹਾਸ ਤੋਂ ਜਾਣੂ ਨਹੀਂ, ਪਰ ਗੱਲ ਇਹ ਹੈ ਕਿ ਇਤਿਹਾਸ ਕਦੀ ਪੁਰਾਣਾ ਨਹੀਂ ਹੁੰਦਾ ਹੈ, ਇਤਿਹਾਸ ਕਦੀ ਬਿਆ ਨਹੀਂ ਹੁੰਦਾ ਹੈ। ਹਰ ਇੱਕ ਬੁਲਾਰੇ ਦਾ ਜਿਹੜਾ ਇਤਿਹਾਸ ਕਹਿਣ ਦਾ ਤਰੀਕਾ ਔਰ ਢੰਗ ਵੱਖਰਾ ਹੁੰਦਾ ਹੈ। ਆਪ ਜੀ ਵੱਲੋਂ ਬੇਅੰਤ ਮਾਣ ਸਤਿਕਾਰ ਜਿਹੜਾ ਢਾਡੀ ਜੱਥੇ ਦੇ ਹੌਸਲਾ ਫਜਾਈ ਅੰਦਰ ਭੇਜਿਆ ਗਿਆ, ਆਪ ਜੀ ਵੱਲੋਂ ਬੇਅੰਤ ਮਾਇਆ ਭੇਜੀ ਗਈ, ਅਸੀਂ ਧੰਨਵਾਦ ਕਰਦੇ ਹਾਂ। ਜਿੱਥੇ ਸੁਚੀ ਸਤਿਕਾਰਯੋਗ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ, ਉੱਥੇ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਜੀ ਜਿਹੜੇ ਇੰਗਲੈਂਡ ਦੀ ਧਰਤੀ ਤੇ ਨੇ, ਉਹਨਾਂ ਦੇ ਪਰਿਵਾਰ ਨੇ ਬੜਾ ਮਾਣ ਦੇਖ ਕੇ ਨਵਾਜਿਆ। ਅਸੀਂ ਇਸ ਪਰਿਵਾਰ ਦੀ ਵੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸਮੁੱਚੀ ਸਤਿਕਾਰਯੋਗ ਪ੍ਰਬੰਧਕ ਕਮੇਟੀ ਆਪ ਜੀ ਦਾ ਧੰਨਵਾਦ ਕਰਦੇ ਹਾਂ, ਸਾਰੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਆਓ ਆਪਾਂ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਬਾਰੇ ਜਦੋਂ ਜ਼ਿਕਰ ਕਰਦੇ ਹਾਂ ਨਾ, ਔਰ ਜ਼ਿਆਦਾ ਪੜ੍ਹਦੇ ਆਪਾਂ ਬਾਬਾ ਵੀਰ ਸਿੰਘ ਸਾਹਿਬ ਨੌਰੰਗਾਬਾਦ ਵਾਲੇ, ਜਦੋਂ ਆਪਾਂ ਉਹਨਾਂ ਦਾ ਬਚਪਨ ਦਾ ਇਤਿਹਾਸ ਪੜਾਂਗੇ, ਬਾਬਾ ਜੀ ਦਾ ਜਿਹੜਾ ਜਨਮ ਹੈ ਉਹ ਗੱਗੂ ਬੂਹਾ ਨਗਰ ਚ ਹੋਇਆ, ਪਰ ਉਹਨਾਂ ਨੂੰ ਨੌਰੰਗਾਬਾਦ ਵਾਲੇ ਮਹਾਂਪੁਰਸ਼ ਕਿਉਂ ਆਖਿਆ ਜਾਂਦਾ ਹੈ, ਇਸ ਬਾਰੇ ਅੱਗੇ ਜਾ ਕੇ ਜ਼ਿਕਰ ਕਰਾਂਗੇ। ਬਾਬਾ ਜੀ ਦਾ ਜਨਮ ਗੱਗੂ ਬੂਹਾ ਨਗਰ ਚ ਹੋਇਆ, ਪਿਤਾ ਸੇਵਾ ਸਿੰਘ ਔਰ ਮਾਤਾ ਧਰਮ ਕੌਰ। ਜਿਹੜੀ ਮਾਂ ਹੈ ਰੱਬ ਨੂੰ ਮੰਨਣ ਵਾਲੀ ਹੈ, ਉਹ ਮਾਂ ਦੀ ਕੁੱਖ ਆਮ ਨਹੀਂ ਹੁੰਦੀ ਜਿਹਦੀ ਕੁੱਖ ਚੋਂ ਭਗਤ ਪੈਦਾ ਹੁੰਦੇ ਨੇ, ਉਹ ਮਾਂ ਕੋਈ ਆਮ ਨਹੀਂ ਹੁੰਦੀ ਜਿਹਦੀ ਕੱਖ ਚੋਂ ਸੂਰਮੇ ਪੈਦਾ ਹੁੰਦੇ ਨੇ, ਉਹ ਰੱਬ ਨਾਲ ਜੁੜੀ ਹੋਈ ਮਾਂ ਹੁੰਦੀ ਹੈ ਜਿਹੜੀ ਕੁੱਖ ਚੋਂ ਸੰਤਾਂ ਨੂੰ ਜਨਮ ਦਿੰਦੀ ਹੈ। ਇਹਨਾਂ ਦੇ ਪਿਤਾ ਸੇਵਾ ਸਿੰਘ ਜੀ ਮੁਲਤਾਨ ਦੇ ਵਿੱਚ ਨੌਕਰੀ ਕਰਦੇ ਸਨ, ਸ਼ੇਰੇ ਪੰਜਾਬ ਦੀਆਂ ਫੌਜਾਂ ਚ, ਔਰ ਮੁਲਤਾਨ ਦੀ ਜੰਗ ਸਮੇਂ ਉਹਨਾਂ ਦੀ ਜਿਹੜੀ ਸ਼ਹਾਦਤ ਹੋ ਗਈ, ਉਹ ਸ਼ਹੀਦ ਹੋ ਗਏ। ਆਮ ਵੀ ਆਪਾਂ ਸਮਾਜ ਤੇ ਦੇਖਦੇ ਹਾਂ ਜਿਹੜੇ ਸਰਕਾਰੀ ਜਾਂ ਸਰਕਾਰ ਦੇ ਕਾਨੂੰਨ ਬਣੇ ਨੇ, ਜਦੋਂ ਕੋਈ ਸ਼ਹੀਦ ਹੋ ਜਾਂਦਾ ਹੈ ਤੇ ਕਹਿੰਦੇ ਉਹਦੀ ਥਾਂ ਤੇ ਨੌਕਰੀ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਦਿੱਤੀ ਜਾਵੇਗੀ, ਭਾਵਾਂ ਪੁੱਤਰ ਹੋਵੇ ਪਰਿਵਾਰ ਦਾ ਕੋਈ ਜੀ ਹੋਵੇ। ਜਦੋਂ ਗੁਰੂ ਖਾਲਸਾ ਦੀ ਜੰਗ ਹੋਈ ਮੁਲਤਾਨ ਦੀ, ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਦਰਬਾਰ ਸਾਹਿਬ ਜਿਹੜਾ ਖੁਸ਼ੀ ਚ ਸੋਨਾ ਲਵਾਇਆ, ਔਰ ਕਿਹਾ ਵੀ ਜਿਹੜੇ ਜਿੱਤ ਦੀ ਖੁਸ਼ੀ ਅੰਦਰ ਜਿਨ੍ਹਾਂ ਦੇ ਪਰਿਵਾਰ ਦੇ ਜੀ ਸ਼ਹੀਦ ਹੋ ਗਏ ਨਾ ਜੰਗ ਅੰਦਰ, ਉਹ ਪਰਿਵਾਰ ਦਾ ਕੋਈ ਨਾ ਕੋਈ ਜੀ ਉਹਨਾਂ ਦੇ ਪਰਿਵਾਰ ਦਾ ਲਾਹੌਰ ਪਹੁੰਚੇ। ਸ਼ੇਰੇ ਪੰਜਾਬ ਨੇ ਸਾਰਿਆਂ ਨੂੰ ਜੀਆਂ ਇਹ ਆਖਿਆ, ਔਰ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਬਾਬਾ ਸੇਵਾ ਸਿੰਘ ਜੀ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਵੀਰ ਸਿੰਘ ਸਾਹਿਬ ਉਹਨਾਂ ਦੀ ਥਾਂ ਤੇ ਲਾਹੌਰ ਗਏ ਨੇ। ਪਰਿਵਾਰ ਚੋਂ ਜਦੋਂ ਲਾਹੌਰ ਗਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤੱਕਿਆ ਔਰ ਤੱਕਿਆ ਕਹਿਣ ਲੱਗਾ, ਵੀਰ ਸਿੰਘਾ ਤੁਹਾਡੇ ਪਿਤਾ ਜੀ ਤੇ ਸ਼ਹਾਦਤ ਦਾ ਜਾਮ ਪੀ ਗਏ, ਸਿੱਖ ਫੌਜਾਂ ਅੰਦਰ ਉਹਨਾਂ ਦਾ ਬੜਾ ਸਨਮਾਨ ਸੀ, ਬੜਾ ਸਤਿਕਾਰ ਸੀ, ਹੁਣ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਿੱਖ ਫੌਜਾਂ ਚ ਆਪਣੇ ਪਿਤਾ ਦੀ ਜਗ੍ਹਾ ਰਹਿ ਕੇ ਨੌਕਰੀ ਕਰੋ, ਫੌਜ ਦੀ ਨੌਕਰੀ ਕਰੋ। ਬਾਬਾ ਵੀਰ ਸਿੰਘ ਸਾਹਿਬ ਫੌਜ ਦੀ ਨੌਕਰੀ ਕਰਨ ਲੱਗ ਪਏ ਨੇ। ਕਹਿੰਦੇ ਜਦੋਂ ਪਿਸ਼ਾਵਰ ਦੀ ਜੰਗ ਹੋਈ, ਪਠਾਣਾ ਦੀ ਇੱਕ ਟੁਕੜੀ, ਇਹਨਾਂ ਨੇ ਸਿੱਖਾਂ ਤੇ ਹੱਲਾ ਬੋਲ ਦਿੱਤਾ ਹੈ ਔਰ ਸਿੱਖਾਂ ਨੇ ਅੱਗਿਓਂ ਆਣ ਕੇ ਮੁਕਾਬਲਾ ਕੀਤਾ। ਜਦੋਂ ਪਿਸ਼ਾਵਰ ਦੀ ਜੰਗ ਹੋਈ, ਦੁਸ਼ਮਣ ਨੇ ਆਣ ਕੇ ਐਸਾ ਘੇਰਾ ਪਾਇਆ ਕਿ ਦੁਸ਼ਮਣ ਦੇ ਘੇਰੇ ਚ ਬਾਬਾ ਵੀਰ ਸਿੰਘ ਸਾਹਿਬ ਫਸ ਗਏ ਨੇ। ਕਹਿੰਦੇ ਜਦੋਂ ਦੁਸ਼ਮਣ ਨਾਲ ਲੜਦੇ ਆ, ਪਰ ਜਾਗ ਮੇਰੇ ਨਿਗਾਹ ਮਾਰ ਕੇ ਦੇਖਿਆ ਵੀ ਦੁਸ਼ਮਣ ਨੇ ਤੇ ਘੇਰਾ ਪਾ ਲਿਆ, ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਆਪਣੇ ਖਾਲਸੇ ਦੀ ਰੱਖਿਆ ਤੁਸੀਂ ਆਪ ਕਰਨੀ ਹੈ, ਆਪਣੇ ਬੱਚਿਆਂ ਦੀ ਰੱਖਿਆ ਆਪ ਕਰੋ। ਕੀ ਦੇਖਿਆ ਬਾਬਾ ਵੀਰ ਸਿੰਘ ਸਾਹਿਬ ਨੇ ਵੀ ਜਿਵੇਂ ਕਿਸੇ ਨੇ ਨੀਲੇ ਘੋੜੇ ਦੀ ਸਵਾਰੀ ਕੀਤੀ ਹੋਵੇ,
ਉਹਨੇ ਕੇਸਰੀ ਬਾਣਾ ਪਾਇਆ ਹੋਵੇ, ਕੋਈ ਨਿਹੰਗ ਸਿੰਘ ਮੇਰਾ ਸਾਥ ਦੇ ਰਿਹਾ, ਔਰ ਜੰਗ ਦੇ ਮੈਦਾਨ ਚ ਦੁਸ਼ਮਣ ਦੇ ਘੇਰੇ ਚੋਂ ਬਾਬਾ ਵੀਰ ਸਿੰਘ ਸਾਹਿਬ ਸਹੀ ਸਲਾਮਤ ਵਾਪਸ ਬਾਹਰ ਨਿਕਲੇ। ਜਦੋਂ ਦੇਖਿਆ ਕਿ ਜਿਹੜਾ ਮੇਰੀ ਮਦਦ ਕਰ ਰਿਹਾ ਸੀ ਨੀਲੇ ਘੋੜੇ ਤੇ ਨਿਹੰਗ ਸਿੰਘ ਦੇ ਬਾਣੇ ਅੰਦਰ ਜਿਹਨੇ ਕੇਸਰੀ ਬਾਣਾ ਪਹਿਨੇ ਹੈ, ਉਹ ਸਾਡੀ ਫੌਜ ਦਾ ਕੋਈ ਜਵਾਨ ਤੇ ਲੱਗਦਾ ਨਹੀਂ। ਸਾਡੀ ਪਲਟਨ ਤਰ ਪਾਤਸ਼ਾਹ ਮਹਾਰਾਜ ਦੇ ਮੈਂ ਚਰਨਾਂ ਚ ਅਰਦਾਸ ਕੀਤੀ ਹੈ, ਜੋ ਉਹੀ ਬਾਜਾਂ ਵਾਲਾ ਆਣ ਕੇ ਮੈਨੂੰ ਬਚਾ ਗਿਆ, ਜਿਨ੍ਹਾਂ ਦੇ ਚਰਨਾਂ ਚ ਮੈਂ ਬੇਨਤੀ ਕੀਤੀ ਨਾ, ਜੋ ਉਹੀ ਬਾਜਾਂ ਵਾਲੇ ਨੇ ਮੈਨੂੰ ਦੁਸ਼ਮਣ ਦੇ ਘੇਰੇ ਚੋਂ ਕੱਢਿਆ। ਤੇ ਬਾਬਾ ਜੀ ਨੇ ਕਿਹਾ ਮੈਂ ਹੁਣ ਸਰਕਾਰ ਦੀ ਨੌਕਰੀ ਨਹੀਂ ਕਰਨੀ, ਜੇ ਅੱਜ ਬਾਜਾਂ ਵਾਲੇ ਨੇ ਮੇਰੀ ਜਾਨ ਬਚਾਈ ਹੈ ਤੇ ਮੈਂ ਬਾਜਾਂ ਵਾਲੇ ਦੀ ਨੌਕਰੀ ਕਰਨੀ। ਬਾਬਾ ਜੀ ਨੇ ਨੌਕਰੀ ਛੱਡ ਦਿੱਤੀ। ਬਾਬਾ ਭਾਗ ਸਿੰਘ ਨੂੰ ਮਿਲੇ ਨੇ, ਵੀ ਬੜੇ ਸਾਧੂ ਸਨ, ਬੜੀ ਕਿਰਪਾ ਸੀ, ਔਰ ਬਾਬਾ ਭਾਗ ਸਿੰਘ ਨੇ ਬਾਬਾ ਸਾਹਿਬ ਸਿੰਘ ਬੇਦੀ ਪਾਸ ਉਨਾ ਸਾਹਿਬ ਭੇਜ ਦਿੱਤਾ ਬਾਬਾ ਵੀਰ ਸਿੰਘ ਜੀ ਨੂੰ। ਅਸੀਂ 9 ਜੂਨ ਨੂੰ ਉਨਾ ਸਾਹਿਬ ਜਾ ਕੇ ਬਾਬਾ ਸਾਹਿਬ ਸਿੰਘ ਬੇਦੀ ਜੀ ਦਾ ਸਥਾਨ ਹੈ ਉੱਥੇ ਹਾਜ਼ਰੀਆਂ ਲਵਾਉਣੀ ਹੈ, ਔਰ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸ਼ ਵੰਸ਼ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਜਿਹੜੇ ਇਸ ਸਮੇਂ ਉਨਾ ਸਾਹਿਬ ਦੀ ਧਰਤੀ ਤੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸ਼ ਵੰਸ਼, ਔਰ ਉਨਾ ਸਾਹਿਬ ਦੀ ਧਰਤੀ ਤੇ ਜਦੋਂ ਬਾਬਾ ਵੀਰ ਸਿੰਘ ਸਾਹਿਬ ਚਲੇ ਗਏ ਨੇ, ਬੜੀ ਰਹਿਮਤ ਅਕਾਲ ਪੁਰਖ ਦੀ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਦੀ, ਔਰ ਉਹਨਾਂ ਦੀ ਸੰਗਤ ਕਰਨ ਲੱਗੇ। ਇਤਿਹਾਸਕਾਰ ਲਿਖਦੇ ਨੇ ਵੀ 10 ਸਾਲ ਸੇਵਾ ਕੀਤੀ। ਇੱਕ ਦਿਨ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਡੇਰੇ ਚ ਨਹੀਂ ਸੀ, ਤੇ ਸੰਗਤਾਂ ਬੜੀਆਂ ਆ ਗਈਆਂ, ਨਾਲ ਦੇ ਸਿੰਘ ਸੇਵਾਦਾਰ ਕਹਿਣ ਲੱਗੇ ਵੀਰ ਸਿੰਘਾ ਤੂੰ ਤੇ ਕਿਹਾ ਸੀ ਵੀ ਪ੍ਰਸ਼ਾਦਾ ਜ਼ਿਆਦਾ ਤਿਆਰ ਕਰਨ ਦੀ ਲੋੜ ਨਹੀਂ, ਪ੍ਰਸ਼ਾਦਾ ਥੋੜਾ ਤਿਆਰ ਕਰੋ, ਇੰਨੀਆਂ ਸੰਗਤਾਂ ਆ ਗਈਆਂ ਤੇ ਹੁਣ ਪ੍ਰਸ਼ਾਦਾ ਤੇ ਥੋੜਾ ਪੈ ਜਾਣਾ, ਹੁਣ ਦੇਗਾਂ ਵੀ ਥੋੜੀਆਂ ਪੈ ਜਾਣੀਆਂ ਤੇ ਹੁਣ ਸੰਗਤ ਨੂੰ ਪ੍ਰਸ਼ਾਦਾ ਕਿਵੇਂ ਛਕਾਵਾਂਗੇ। ਬਾਬਾ ਜੀ ਕਹਿਣ ਲੱਗੇ ਵੀ ਕੋਈ ਗੱਲ ਨੀ, ਇੱਥੇ ਇੱਕ ਕੱਪੜਾ ਪਾਓ, ਚਿੱਟਾ ਕੱਪੜਾ ਹੈ, ਵੈਸੇ ਮਰਿਆਦਾ ਹੈ ਵੀ ਜਦੋਂ ਆਪਾਂ ਪ੍ਰਸ਼ਾਦਾ ਤਿਆਰ ਕਰਨਾ ਪ੍ਰਸ਼ਾਦਾ ਨੰਗਾ ਨਹੀਂ ਰੱਖਣਾ ਚਾਹੀਦਾ, ਪ੍ਰਸ਼ਾਦੇ ਸਦਾ ਢੱਕ ਕੇ ਰੱਖਣੇ ਚਾਹੀਦੇ ਨੇ। ਬਾਬਾ ਜੀ ਕਹਿਣ ਲੱਗੇ ਦੇਗ ਤੇ ਕੱਪੜਾ ਪਾ ਦੋ, ਪ੍ਰਸ਼ਾਦਿਆਂ ਤੇ ਕੱਪੜਾ ਪਾ ਦੋ, ਤੇ ਬਾਬਾ ਵੀਰ ਸਿੰਘ ਸਾਹਿਬ ਨੇ ਹੱਥ ਜੋੜ ਕੇ ਅਰਦਾਸ ਕੀਤੀ, ਕਹਿੰਦੇ ਜਿੰਨੀ ਸੰਗਤ ਆਈ ਉਹ ਦੋਹਰੀ ਦੋਹਰੀ ਵਾਲੀ ਦਾਲ ਮੰਗ ਰਹੇ ਨੇ, ਪ੍ਰਸ਼ਾਦਾ ਛਕਿਆ ਪਰ ਦੇਖਿਆ ਪ੍ਰਸ਼ਾਦੇ ਦੀ ਤੇ ਤੋੜ ਨਹੀਂ ਆਈ, ਉਹਦਾ ਹੀ ਰਹਿਮਤ ਸੱਚੇ ਪਾਤਸ਼ਾਹ ਮਹਾਰਾਜ ਦੀ ਉਹ ਚ ਬਰਕਤ ਪੈ ਗਈ। ਹੋ ਨਦਰ ਸਾਧੂ ਦੀ ਤਰ ਤੇ ਡੁੱਬਿਆ ਨੂੰ ਉਹ ਬਦਲ ਦਿੰਦੀ ਹੈ ਜੀਵ ਨੂੰ ਮਹਾਨਿਆਂ ਨੂੰ ਜੀ, ਉਹ ਕਿਤੇ ਰਾਜ ਬਿਠਾ ਲੋ ਤੇ ਕੰਦਲੇ ਨੂੰ ਉਹ ਦਰ ਦਰ ਪੀ ਘੁੰਮਦਾ ਦਵੇ ਉਹ ਬਦਲ ਦੇਣੇ ਜ਼ਿੰਦਗੀ ਦੇ ਹਰਪ ਪੁੱਠੇ ਉਹ ਬਖਸ਼ ਦਿੰਦੀ ਹੈ ਮਾਣ ਨੇ ਮਾਣਿਆਂ ਨੂੰ ਉਹ ਪਾਰਸ ਸਾਧੂ ਤੇ ਰੱਬ ਵਿੱਚ ਪੈਦ ਕੋਈ ਨਾ ਉਹ ਦੁਨੀਆ ਐਵੇਂ ਨੀ ਪੂਜਦੀ ਰਾਣਿਆਂ ਨੂੰ ਉਹ ਦੁਨੀਆ ਐਵੇਂ ਨੀ ਪੂਜਦੀ ਰਾਣਿਆਂ ਕਹਿੰਦੇ ਜਦੋਂ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਉਹਨਾਂ ਦੇ ਸਥਾਨਾਂ ਤੇ ਦੱਸਦੇ ਇਤਿਹਾਸ ਜਦੋਂ ਆਪਾਂ ਜਾਈਏ, ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਆਏ ਨਾ, ਸੰਗਤ ਨੇ ਦੱਸਿਆ ਵੀ ਬਾਬਾ ਜੀ ਏਦਾਂ ਹੋਈ ਅੱਜ ਬਾਬਾ ਵੀਰ ਸਿੰਘ ਸਾਹਿਬ ਨੇ ਅਰਦਾਸ ਕੀਤੀ ਤੇ ਬਾਬਾ ਵੀਰ ਸਿੰਘ ਜੀ ਨੂੰ ਕੋਲ ਬੁਲਾ ਲਿਆ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ। ਕਹਿਣ ਲੱਗਾ ਵੀਰ ਸਿੰਘ ਓਏ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਜੋਤ ਜਗ ਗਈ ਹੈ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹ ਜਿਹੜੀ ਕਿਰਪਾ ਤੇਰੇ ਤੇ ਹੋ ਗਈ ਨਾ ਇਹ ਹਰ ਇਨਸਾਨ ਤੇ ਨਹੀਂ ਹੋ ਸਕਦੀ, ਜਾ ਚਲੇ ਜਾ ਮਾਝੇ ਦੀ ਧਰਤੀ ਉੱਥੇ ਭਲਾ ਕਰ ਸੰਗਤਾਂ ਦਾ, ਜਾ ਕੇ ਬਣਾ ਕੋਈ ਤੀਰਥ ਸਥਾਨ ਜਿੱਥੇ ਸੰਗਤਾਂ ਆਣ ਕੇ ਨਮਸਕਾਰਾ ਕਰਨ।
ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਨੇ ਸਰੂਪਾ ਦੇ ਕੇ ਬਾਬਾ ਵੀਰ ਸਿੰਘ ਸਾਹਿਬ ਨੂੰ ਭੇਜਿਆ ਔਰ ਨਰੰਗਾਬਾਦ ਦੀ ਧਰਤੀ ਤੇ ਬਾਬਾ ਜੀ ਨੇ ਜਾ ਕੇ ਸਥਾਨ ਬਣਾਇਆ ਜਿਨ੍ਹਾਂ ਨੂੰ ਅੱਜ ਆਪਾਂ ਯਾਦ ਕਰਦੇ ਹਾਂ ਨਾ ਬਾਬਾ ਵੀਰ ਸਿੰਘ ਸਾਹਿਬ ਨਰੰਗਾਬਾਦ ਵਾਲੇ ਇਹਨਾਂ ਨੇ ਆਣ ਕੇ ਉਹ ਸਥਾਨ ਜਿਹੜਾ ਬਣਾਇਆ ਤੇ ਜਿਹੜੀ ਵੀ ਸੰਗਤ ਆਉਂਦੀ ਸੀ ਮਿਲਣ ਵਾਸਤੇ ਪਿੰਡਾਂ ਵਾਲਿਆਂ ਨੇ ਕਿਹਾ ਵੀ ਜਿਹੜੇ ਸਿੱਖ ਸੇਵਾਦਾਰ ਆ ਰਹੇ ਨੇ ਉਹ ਇੱਕ ਇੱਕ ਇੱਟ ਜ਼ਰੂਰ ਲੈ ਕੇ ਆਏ ਔਰ ਸੰਗਤ ਨੇ ਆਉਣਾ ਦਰਸ਼ਨ ਕਰਨ ਨਾਲੇ ਨਾਲ ਇੱਕ ਇੱਟ ਲੈ ਕੇ ਆਉਣੇ ਬਾਬਾ ਜੀ ਦੀ ਸ਼ਹਾਦਤ ਦਾ ਕਾਰਨ ਕੀ ਬਣਿਆ ਸਮਾਂ ਤੇ ਸੀਮਤ ਹੈ ਮੈਂ ਚਾਹੁੰਦੀ ਵੀ ਇੱਧਰ ਉੱਧਰ ਦੀ ਵਿਚਾਰ ਨਾ ਕਰਕੇ ਇਤਿਹਾਸ ਦਾ ਹੀ ਜ਼ਿਕਰ ਕੀਤਾ ਜਾਵੇ ਜੇ ਬਾਬਾ ਜੀ ਦੀ ਸ਼ਹਾਦਤ ਹੋਈ ਤੇ ਕਾਰਨ ਕੀ ਬਣਿਆ ਉਸ ਸਮੇਂ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਹੀਰਾ ਸਿੰਘ ਇਹਨੇ ਕਿਹਾ ਵੀ ਜਿਹੜਾ ਕੋਈ ਸ਼ੇਰੇ ਪੰਜਾਬ ਦੇ ਪਰਿਵਾਰ ਦਾ ਜੀ ਹੈ ਜਾਂ ਡੋਗਰਿਆਂ ਨੇ ਚਾਲ ਚੱਲੀ ਵੀ ਇਹ ਰਾਜ ਜਿਹੜਾ ਇਹ ਸ਼ੇਰੇ ਪੰਜਾਬ ਦੇ ਪੁੱਤਰਾਂ ਦੇ ਹੱਥੋਂ ਖੋਹਣਾ ਹੈ ਔਰ ਖੋਹ ਵੀ ਲਿਆ ਜਿੱਥੇ ਖੜਕ ਸਿੰਘ ਦੀ ਮੌਤ ਕਵਰ ਨੌ ਨੇ ਹਾਲ ਨੂੰ ਮਾਰ ਦਿੱਤਾ ਗਿਆ ਉੱਥੇ ਧਿਆਨ ਸਿੰਘ ਡੋਗਰੇ ਨੂੰ ਵੀ ਮੈਂ ਸਿੱਕਾ ਮਾਰ ਦਿੱਤਾ ਜਦੋਂ ਧਿਆਨ ਸਿੰਘ ਡੋਗਰੇ ਦੀ ਮੌਤ ਹੋਈ ਤੇ ਇਹਦਾ ਪੁੱਤਰ ਹੀਰਾ ਸਿੰਘ ਜਿਹੜਾ ਕੋਈ ਹਮਾਇਤ ਪਰਿਵਾਰ ਦੀ ਕਰਦਾ ਤੇ ਉਹਨੂੰ ਇਹ ਕਹਿੰਦਾ ਸੀ ਇਹ ਬਾਗੀ ਹੈ ਅੰਗਰੇਜ਼ਾਂ ਦੇ ਨਾਲ ਰਲਿਆ ਹੋਇਆ ਜਿਵੇਂ ਅੱਜ ਕਈ ਵਾਰੀ ਸਰਕਾਰ ਕਹਿ ਦਿੰਦੀਆਂ ਵੀ ਇਹ ਅੱਤਵਾਦੀ ਹੈ ਇਹ ਖਾਲਿਸਤਾਨੀ ਹੈ ਉਸ ਸਮੇਂ ਵੀ ਐਸੀ ਚਾਲ ਹੀਰਾ ਸਿੰਘ ਨੇ ਚੱਲੀ ਔਰ ਜਦੋਂ ਬਾਬਾ ਵੀਰ ਸਿੰਘ ਸਾਹਿਬ ਦੇ ਡੇਰੇ ਤੇ ਸਿਆਲਕੋਟ ਦੇ ਘੇਰੇ ਨੂੰ ਜਦੋਂ ਕਿਲੇ ਨੂੰ ਘੇਰਾ ਪਾਇਆ ਨਾ ਹੀਰਾ ਸਿੰਘ ਦੀਆਂ ਫੌਜਾਂ ਨੇ ਔਰ ਸਿਆਲਕੋਟ ਦੇ ਕਿਲੇ ਅੰਦਰ ਕਵਰ ਕਸ਼ਮੀਰਾ ਸਿੰਘ ਕਵਰ ਪਸ਼ੌਰਾ ਸਿੰਘ ਸ਼ੇਰੇ ਪੰਜਾਬ ਦੇ ਪੁੱਤਰ ਸਨ ਮਹਾਰਾਣੀ ਦਇਆ ਕੌਰ ਸ਼ੇਰੇ ਪੰਜਾਬ ਦੀ ਵਿਧਵਾ ਮੁਲਤਾਨ ਨੂੰ ਘੇਰਾ ਪਾ ਲਿਆ ਤੇ ਪਸ਼ੌਰਾ ਸਿੰਘ ਜਾਨ ਬਚਾ ਕੇ ਚਲੇ ਗਿਆ ਕਸ਼ਮੀਰਾ ਸਿੰਘ ਨੇ 20-25 ਹਜ਼ਾਰ ਰੁਪਇਆ ਦਿੱਤਾ ਹੈ ਆਪਣੀ ਘਰਵਾਲੀ ਨੂੰ ਲੈ ਕੇ ਆਪਣੀ ਮਾਂ ਨੂੰ ਲੈ ਕੇ ਦਇਆ ਕੌਰ ਨੂੰ ਕੁਝ ਸਿਪਾਹੀ ਫੌਜ ਨੂੰ ਲੈ ਕੇ ਕਵਰ ਕਸ਼ਮੀਰਾ ਸਿੰਘ ਉੱਥੋਂ ਤੁਰਿਆ ਕਹਿੰਦੇ ਜਦੋਂ ਰਾਵੀ ਦੇ ਕੰਢੇ ਤੇ ਪਹੁੰਚੇ ਨਾ ਤੇ ਇਹਦੀ ਮਾਂ ਵੀ ਵਿਛੜ ਗਈ ਐਸਾ ਬਿਪਤਾ ਦਾ ਪੈਂਡਾ ਫੌਜਾਂ ਨੇ ਫੇਰ ਆਣ ਕੇ ਪਿੱਛ ਕਰਨਾ ਸ਼ੁਰੂ ਕਰ ਦਿੱਤੇ ਇਹਦੀ ਮਾਂ ਵੀ ਵਿਛੜ ਗਈ ਇਹਦਾ ਪਰਿਵਾਰ ਜਿਹੜਾ ਵਿਛੜ ਗਿਆ ਔਰ ਇਹਦੇ ਘਰਵਾਲੀ ਉਸ ਸਮੇਂ ਗਰਭਵਤੀ ਸੀ ਕਹਿੰਦੇ ਜਦੋਂ ਰਾਵੀ ਦੇ ਕੰਢੇ ਤੇ ਪਹੁੰਚੀ ਤੇ ਦਰਦ ਦੇ ਨਾਲ ਤੜਫਣ ਲੱਗ ਪਈ ਤਕਲੀਫ ਦੇ ਨਾਲ ਇਹ ਕਵਰ ਕਸ਼ਮੀਰਾ ਸਿੰਘ ਨੂੰ ਕਹਿੰਦੀ ਹੈ ਵੀ ਹੁਣ ਮੇਰੇ ਤੋਂ ਦਰਦ ਸਹਾਰਿਆ ਨਹੀਂ ਜਾਣੇ ਏਦਾਂ ਕਰੋ ਆਪਣੀ ਤਲਵਾਰ ਦੇ ਨਾਲ ਤੁਸੀਂ ਮੇਰਾ ਸਿਰ ਕੱਟ ਦਿਓ ਮੇਰੇ ਤੋਂ ਦਰਦ ਸਹਿਆ ਨਹੀਂ ਜਾਂਦਾ ਜਦੋਂ ਰਾਣੀ ਨੇ ਰੋਂਦੀ ਹੋਈ ਨੇ ਇਹ ਗੱਲ ਕਹੀ ਤੇ ਕਵਰ ਕਸ਼ਮੀਰਾ ਸਿੰਘ ਕਹਿਣ ਲੱਗਾ ਰਾਣੀ ਇਹ ਤਲਵਾਰ ਕਦੀ ਵੇਖ ਸੂਰ ਤੇ ਚੱਲੀ ਨਹੀਂ ਪਰ ਤੂੰ ਮੇਰੀ ਰਾਣੀ ਹੈ ਤੇਰੇ ਤੇ ਕਿਵੇਂ ਚੱਲ ਸਕਦੀ ਹੈ ਇਹ ਮੇਰੇ ਤੋਂ ਤਕਲੀਫ ਸਾਰੀ ਨਹੀਂ ਜਾਂਦੀ ਸਾਹਮਣੇ ਦੇਖੇ ਇੱਕ ਮਲਾਹਾਂ ਦੀ ਕੁੱਲੀ ਹੈ ਕਵਰ ਕਸ਼ਮੀਰਾ ਸਿੰਘ ਆਪਣੇ ਘਰਵਾਲੀ ਨੂੰ ਲੈ ਕੇ ਮਲਾਹਾਂ ਦੀ ਕੁੱਲੀ ਚ ਚਲੇ ਗਏ ਮਲਾਹ ਦੇ ਘਰਵਾਲੀ ਸਿਆਣੀ ਔਰਤ ਸੀ ਉਹਨੇ ਜਦੋਂ ਹਾਲਤ ਦੇਖੀ ਤੇ ਟੁੱਟੀ ਮੰਜੀ ਤੇ ਕਵਰ ਕਸ਼ਮੀਰਾ ਸਿੰਘ ਦੇ ਘਰਵਾਲੀ ਨੂੰ ਲਟਾਇਆ ਕਹਿਣ ਲੱਗੀ ਧੀਏ ਦੇਖਣ ਨੂੰ ਤੇ ਕੋਈ ਰਾਣੀ ਮਹਾਰਾਣੀ ਲੱਗਦੀ ਹੈ ਆ ਕਿਹੋ ਜਿਹਾ ਸਮਾਂ ਪੈ ਗਿਆ ਐਸੀ ਹਾਲਤ ਚ ਤੈਨੂੰ ਤੁਰਨਾ ਪੈ ਰਿਹਾ ਤੇ ਮਨ ਭਰ ਕੇ ਕਹਿੰਦੀ ਪੰਜਾਬ ਦੇ ਵੱਡੇ ਰਾਜੇ ਮੈਂ ਸ਼ੇਰੇ ਪੰਜਾਬ ਦੀ ਨੌਂ ਆ ਪਰ ਬਿਪਤਾ ਦਾ ਸਮਾਂ ਐਸਾ ਆ ਗਿਆ ਜਿਹੜੇ ਚਾਂਦੀ ਦੇ ਥਾਲਾ ਚ ਸੋਨੇ ਦੇ ਚਮਚਿਆਂ ਦੇ ਨਾਲ ਖਾਣ ਵਾਲੇ ਅੱਜ ਉਹਨਾਂ ਦੇ ਹਾਲਾਤ ਕੀ ਬਣ ਗਏ ਕਹਿੰਦੇ ਉੱਥੇ ਤਕਲੀਫ ਨਾ ਤੜਫਦੀ ਕਸ਼ਮੀਰਾ ਸਿੰਘ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਪਰ ਦਰਦ ਇੰਨੀ ਤਕਲੀਫ ਇੰਨੀ ਹੋਈ ਕਿ ਜਿਹੜਾ ਬੱਚੇ ਦਾ ਜਨਮ ਹੋਇਆ ਜਦੋਂ ਉਹਦੀ ਮੌਤ ਜਨਮ ਤੋਂ ਪਹਿਲਾਂ ਰਾਣੀ ਦੇ ਪੇਟ ਚ ਹੋ ਚੁੱਕੀ ਸੀ ਪੁੱਤਰ ਨੇ ਜਨਮ ਲਿਆ ਇਤਿਹਾਸਕਾਰ ਲਿਖਦੇ ਨੇ ਜੋੜੀ ਦਾ ਪਹਿਲਾ ਬੱਚਾ ਸੀ ਜਦੋਂ ਜਨਮਿਆ ਬੱਚਾ ਜਿਹਦੀ ਮੌਤ ਹੋ ਗਈ ਔਰ ਜਦੋਂ ਕਵਰ ਕਸ਼ਮੀਰਾ ਸਿੰਘ ਨੇ ਦੇਖਿਆ ਤੇ ਆਪਣਾ ਕਮਰ ਕੱਸਾ ਲਾਇਆ
ਲਾ ਕੇ ਕਮਰ ਕੱਸੇ ਚ ਆਪਣੇ ਬੱਚੇ ਨੂੰ ਰਵੇਟਿਆ ਤੇ ਰਾਵੀ ਨੂੰ ਭੇਟ ਕਰਨ ਗਿਆ, ਧਾਹਾ ਮਾਰ ਕੇ ਰੋ ਉੱਠਿਆ। ਅੱਜ ਬਾਪ ਦੁਨੀਆ ਤੋਂ ਗਿਆ, ਰਾਜ ਭਾਗ ਸਮਝ ਲੋ ਖੁਸ਼ ਗਿਆ। ਅਸੀਂ ਮਾਲਕ ਅੱਗੇ ਹੋ ਜਾ ਦਿਨ ਦੇਖਣੇ ਪਏ ਤੰਗਾ ਜਰਾ, ਜਿਵੇਂ ਕਮਰ ਕਸ਼ਮੀਰਾ ਸਿੰਘ ਅੱਜ ਧਾਹਾ ਮਾਰ ਕੇ ਰੋ ਰਿਹਾ ਆਪਣੇ ਪੁੱਤਰ ਨੂੰ, ਜਿਵੇਂ ਜਲ ਪ੍ਰਵਾਹ ਕਰਨ ਗਿਆ ਢਾਡੀ ਜਥਾ ਇਉਂ ਬਿਨੇ ਕਰ। ਕਸ਼ਮੀਰ ਨੇ ਜੰਗਲਾਂ ਚ ਪੁੱਤ ਮੋ ਗਿਆ, ਤਾਂ ਮਾਰੀ ਅਕਬਰ ਕਸ਼ਮੀਰ ਨੇ ਜੰਗਲਾਂ ਚ ਪੁੱਤ ਮੋ ਗਿਆ, ਹਾਰ ਦਿੱਤੀ ਮੈਨੂੰ ਪੁੱਟੀ ਤਕਦੀਰ ਨੇ, ਟੋਟੇ ਟੋਟੇ ਦਿਲ ਹੋ ਗਿਆ, ਤਾਂ ਮਾਰੀ ਅਕਬਰ ਕਸ਼ਮੀਰ ਨੇ ਛਾਨਣੀ ਕਲੇ ਜੇ ਬੱਚੇ ਤੀਰ ਨੇ ਚੰਦ ਅਸਮਾਨ ਰੋ ਗਿਆ, ਤਾਹਮਾਰੀ ਅਕਬਰ ਕਸ਼ਮੀਰ ਨੇ ਜੰਗਲਾਂ ਚ ਪੁੱਤ ਮੋ ਗਿਆ। ਕਿ
ਉੱਥੇ ਆਣ ਕੇ ਵਿਹਾਇਆ ਲਾੜੀ ਹੀਰ ਨੇ ਘਰ ਦਾ ਚਿਰਾਗ ਖੋਲਿਆ ਤਾਂ ਮਾਰਿਆ ਕਬਰ ਕਸ਼ਮੀਰ ਨੇ ਜੰਗਲਾਂ ਚ ਪੁੱਤ ਮੋ ਗਿਆ ਇਨਸਾਨ ਤੇ ਆਉਣ ਪੈਂਦਾ ਉਹ ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਉਹ ਬੀਜੇ ਕਣਕ ਤੇ ਉੱਗ ਕੇ ਰੁੰਡ ਜਾਂਦਾ ਉਹ ਭਾਵੇਂ ਖਾਸ ਨਿਆਈ ਦੀ ਵੰਡ ਹੋਵੇ ਉਹ ਕੋਈ ਵਿੱਚ ਬਾਜ਼ਾਰਾਂ ਖਰੀਦਦਾ ਨਹੀਂ ਉਹ ਭਾਵੇਂ ਮਗਰ ਤੇ ਲਾਲਾਂ ਦੀ ਦੰਡ ਹੋਵੇ ਉਹ ਆਪਣੀ ਆਵਾਜ਼ ਜੱਗ ਤੇ ਜਿਉਣ ਕਾਦਾ ਉਹ ਭਾਵੇਂ ਮਗਰ ਸਰੀਕੇ ਦੀ ਕੰਧ ਹੋਵੇ ਉਹ ਭਾਵੇਂ ਮਗਰ ਸਰੀਕੇ ਦੀ ਕੰਧ ਛੋਟਾ ਜਿਹਾ ਬੱਚਾ ਜਿਹਦੀ ਮਾਂ ਦੇ ਪੇਟ ਚ ਹੋ ਗਈ ਆਪਣੇ ਪੁੱਤ ਨੂੰ ਜਲ ਪ੍ਰਵਾਹ ਕੀਤਾ ਤੇ ਧਾਹਾਂ ਮਾਰ ਕੇ ਇੱਕ ਬਾਪ ਰੋਇਆ ਪਹਿਲਾ ਬੱਚਾ ਸੀ ਵਾਪਸ ਰਾਣੀ ਦੇ ਕੋਲੇ ਗਿਆ ਤੇ ਆਪਣੀ ਰਾਣੀ ਨੂੰ ਨਾਲ ਤੁਰਨ ਵਾਸਤੇ ਕਿਹਾ ਵੀ ਸਾਨੂੰ ਪਾਰ ਕਰ ਦਿੱਤਾ ਜਾਵੇ ਮਲਾਹ ਦੇ ਘਰ ਵਾਲੀ ਨੇ ਆਪਣੀ ਬੱਚੀ ਜਾਣ ਕੇ ਧੀ ਜਾਣ ਕੇ ਸੇਵਾ ਕੀਤੀ ਸੀ ਰਾਣੀ ਤੇ ਕਵਰ ਕਸ਼ਮੀਰਾ ਸਿੰਘ ਨੇ ਆਪਣੇ ਹੱਥ ਦੇ ਵਿੱਚ ਉਦੋਂ ਸੋਨੇ ਦੇ ਕੜੇ ਲਾਏ ਲਾ ਕੇ ਕਹਿਣ ਲੱਗਾ ਮਾਂ ਮੇਰੇ ਤੋਂ ਹੋਰ ਤੇ ਕੁਝ ਜ਼ਿਆਦਾ ਨਹੀਂ ਪਰ ਸ਼ਬਦ ਲਈ ਸ਼ੇਰੇ ਪੰਜਾਬ ਦਾ ਉਜੜਿਆ ਹੋਇਆ ਪੁੱਤ ਅੱਜ ਤੇਰੇ ਕੋ ਆਇਆ ਕਿਤੇ ਯਾਦ ਕਰੀ ਤੇ ਆ ਮੇਰੇ ਵੱਲੋਂ ਨਿਸ਼ਾਨੀ ਕੰਗਣ ਰੱਖ ਲੈ ਆ ਸੋਨੇ ਦੇ ਕੜੇ ਰੱਖ ਲੈ ਉਹਨੇ ਵਾਪਸ ਕਰਦੀ ਨੇ ਕਿਹਾ ਪੁੱਤਰ ਨਹੀਂ ਤੇਰੇ ਤੇ ਬਿਪਤਾ ਦਾ ਸਮਾਂ ਹੈ ਜਦੋਂ ਕਿਤੇ ਚੰਗਾ ਸਮਾਂ ਬਣਿਆ ਇਹ ਆਪਣੇ ਕੋਲ ਰੱਖ ਲੈ ਜੇ ਲੋੜ ਪਈ ਤੇ ਵਰਤ ਲਈ ਜੇ ਚੰਗਾ ਸਮਾਂ ਮਿਲਿਆ ਤਾਂ ਦਾਨ ਪੁੰਨ ਕਰ ਦਿਓ ਗਰੀਬਾਂ ਨੂੰ ਦੇ ਦਿਓ ਤੁਰ ਪਿਆ ਪਤਨ ਪਾਰ ਕੀਤਾ ਰਾਵੀ ਦਾ ਤੇ ਘੋੜੇ ਤੇ ਆਪਣੀ ਰਾਣੀ ਨੂੰ ਲਟਾਇਆ ਤੇ ਆਪ ਨਾਲ ਤੁਰਿਆ ਜਾ ਰਿਹਾ ਕਹਿੰਦੇ ਦਰਦ ਤਕਲੀਫ਼ ਨਾ ਸਹਾਰਦੀ ਹੋਈ ਰਾਣੀ ਬਸੁਰਤ ਹੋ ਗਈ
ਇੱਕ ਖੂਹ ਤੇ ਉਹਨੂੰ ਲਟਾ ਦਿੱਤਾ ਹੈ। ਅੱਜ ਐਸੇ ਬਿਪਤਾ ਦੇ ਸਮੇਂ ਦੇਖਣੇ ਪੈਣਗੇ, ਕਦੀ ਸੋਚਿਆ ਨਹੀਂ ਸੀ। ਪਰਿਵਾਰ ਦਾ ਕੋਈ ਚੀਜ਼ ਜੀ ਚਲੇ ਜਾਵੇ ਤੇ ਚੰਦਨ ਦੀ ਚਿਖਾ ਤਿਆਰ ਹੁੰਦੀ ਸੀ। ਅੱਜ ਕਈਆਂ ਨੂੰ ਪਤਾ ਹੀ ਨਹੀਂ ਕਿ ਪਰਿਵਾਰ ਦੇ ਜੀਆਂ ਨੂੰ ਕੀ ਭਾਣਾ ਵਰਤ ਰਿਹਾ, ਪਰਿਵਾਰ ਦੇ ਜੀ ਵਿਛੜੇ ਔਰ ਕਿੱਧਰ ਨੂੰ ਚਲੇ ਗਏ। ਜਦੋਂ ਰਾਣੀ ਬੇਸੁਰ ਤੇ ਬੇਹੋਸ਼ ਹੋ ਗਈ, ਉਹਨੂੰ ਇੱਕ ਖੂਹ ਤੇ ਲਟਾਇਆ ਤੇ ਹੁਣ ਜਾਇਆ ਕਿੱਧਰ ਜਾਵੇ, ਬਾਬਾ ਵੀਰ ਸਿੰਘ ਸਾਹਿਬ ਦੇ ਸਥਾਨਾਂ ਵੱਲ ਨੂੰ। ਚਾਰ ਕੁ ਮੀਲ ਦੀ ਦੂਰੀ ਤੇ ਪਿੱਛੇ ਰਾਣੀ ਨੂੰ ਇੱਕ ਖੂਹ ਤੇ ਲਟਾਇਆ ਤੇ ਬਾਬਾ ਵੀਰ ਸਿੰਘ ਸਾਹਿਬ ਦੇ ਕੋਲ ਪਹੁੰਚਿਆ ਤੇ ਸੇਵਾਦਾਰਾਂ ਨੇ ਜਾ ਕੇ ਕਿਹਾ, ਬਾਬਾ ਜੀ ਸ਼ੇਰੇ ਪੰਜਾਬ ਦਾ ਪੁੱਤਰ ਆਇਆ, ਕਵਰ ਕਸ਼ਮੀਰਾ ਸਿੰਘ ਆਇਆ, ਰਾਜਕੁਮਾਰ ਕਸ਼ਮੀਰਾ ਸਿੰਘ ਆਇਆ। ਬਾਬਾ ਵੀਰ ਸਿੰਘ ਸਾਹਿਬ ਨੇ ਸੁਣਿਆ ਤੇ ਇੱਕਦਮ ਉੱਠ ਕੇ ਮੰਜੇ ਤੋਂ ਖੜੇ ਹੋਏ, ਕਿੱਥੇ ਨੇ ਕਵਰ ਕਸ਼ਮੀਰਾ ਸਿੰਘ? ਬਾਬਾ ਜੀ ਕਸ਼ਮੀਰਾ ਸਿੰਘ ਵੱਲ ਨੂੰ ਤੁਰ ਪਏ। ਜਦੋਂ ਕਸ਼ਮੀਰਾ ਸਿੰਘ ਨੇ ਬਾਬਾ ਜੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਨਾ, ਤੁਰੇ ਉਹਨੇ ਬਾਬਾ ਜੀ ਨੂੰ ਤੱਕ ਕੇ ਪਹਿਲਾਂ ਹੀ ਉੱਚੀ ਉੱਚੀ ਰੋਣ ਲੱਗ ਪਿਆ ਤੇ ਜਾ ਕੇ ਭੱਜ ਕੇ ਬਾਬਾ ਜੀ ਦੇ ਗਲ ਨੂੰ ਗਲਵੱਕੜੀ ਪਾਏ। ਬਾਬਾ ਜੀ ਨੇ ਪਿਆਰ ਦਿੱਤਾ ਤੇ ਧਾਹਾਂ ਮਾਰ ਕੇ ਉੱਚੀ ਉੱਚੀ ਰੋ ਰਿਹਾ, ਬਾਬਾ ਜੀ ਮੈਂ ਉਜੜ ਗਿਆ, ਮੇਰਾ ਨਵ ਜੰਮਿਆ ਬੱਚਾ ਜਿਹੜਾ ਮੇਰੇ ਤੋਂ ਵਿਛੜ ਗਿਆ, ਜਾਂ ਜਿਹਦੇ ਜਨਮੀ ਹੋਣ ਸਮੇਂ ਉਹਦੀ ਮੌਤ ਹੋ ਗਈ, ਮੇਰੀ ਰਾਣੀ ਬਸੁਰਤ ਬੇਹੋਸ਼ ਪਈ ਹੈ। ਜਿਵੇਂ ਬਾਬਾ ਵੀਰ ਸਿੰਘ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਦਾ ਹੈ, ਅੱਜ ਕਵਰ ਕਸ਼ਮੀਰਾ ਸਿੰਘ ਨੂੰ ਇੰਜ ਲੱਗਿਆ ਜਿਵੇਂ ਮੈਂ ਆਪਣੀ ਬਾਪ ਦੀ ਗੋਦ ਚ ਆ ਗਿਆ ਹਾਂ। ਬਾਬਾ ਵੀਰ ਸਿੰਘ ਸਾਹਿਬ ਨੂੰ ਮਿਲ ਕੇ ਇੰਜ ਲੱਗਿਆ ਵੀ ਜਿਵੇਂ ਮਾਂ ਬਾਪ ਦੇ ਕੋਲ ਬੱਚੇ ਚਲੇ ਜਾਂਦੇ ਨੇ ਉਹ ਬੇਫਿਕਰ ਹੋ ਜਾਂਦੇ ਨੇ, ਮੈਂ ਅੱਜ ਬਾਬਾ ਵੀਰ ਸਿੰਘ ਸਾਹਿਬ ਦੇ ਕੋਲ ਆ ਗਿਆ, ਮੇਰੀ ਸਹਾਇਤਾ ਬਾਬਾ ਜੀ ਕਰਨਗੇ। ਮੇਰੇ ਪਿਤਾ ਜੀ ਨੇ ਜਿਵੇਂ ਰੋਂਦਾ ਕਹਿ ਰਿਹਾ, ਮੈਂ ਆਪਣੇ ਬਾਪ ਦੀ ਸ਼ਰਨ ਚ ਆ ਗਿਆ, ਕੀ ਕਹਿ ਰਿਹਾ ਕਵਰ ਕਸ਼ਮੀਰਾ ਸਿੰਘ ਢਾਡੀ ਜਥਾ?
ਦੀ ਫੁਰੇ ਜਾਣੇ ਉਸ ਦੀ ਬਚਾ ਬਾਬਾ ਜੀ ਉਹ ਪਾਣੀ ਬਿਨਾ ਧੜ ਫੁਰੇ ਉਹ ਜਾਣੇ ਉਸ ਦੀ ਬਚਾ ਬਾਬਾ ਜੀ ਕੇ ਕਰੋ ਸਵਾਲ ਪੂਰਾ ਉਹ ਦਰਿਆਏ ਸਵਾਲੀ ਨੂੰ ਕਦੇ ਮੋੜੀਏ ਨਾ ਉਹ ਪੱਥਰ ਲੱਖ ਜਹਾਨ ਦੇ ਚੱਲ ਲਈਏ ਉਹ ਸ਼ੀਸ਼ਾ ਦਿਲ ਕਦੇ ਕਿਸੇ ਦਾ ਤੋੜੀਏ ਉਹ ਐਵੇਂ ਬੈਠ ਕੇ ਮਨ ਦੀ ਮੌਜ ਅੰਦਰ ਉਹ ਬੇੜੀ ਕਿਸੇ ਅਵਤਾਰੂ ਦੀ ਰੋੜੀਏ ਉਹ ਭਾਵੇਂ ਆਪਣਾ ਆਪ ਵੀ ਉਹ ਦੀਦੀ ਬਾਂਫੜੀਏ ਕਦੇ ਛੋੜੀਏ ਉਹ ਭਾਵੇਂ ਆਪਣਾ ਆਪ ਵੀ ਲੱਗ ਜਾਵੇ ਉਹ ਦੀਦੀ ਬਾਂਫੜੀਏ ਕਦੇ ਛੋੜੀਏ ਨਾ ਹੈਲੋ
ਤੋਂ ਬਗੈਰ ਬਾਬਾ ਜੀ ਸਾਡਾ ਆਸਰਾ ਨਾ ਕੋਈਏ ਸਾਡਾ ਆਸਰਾ ਨਾ ਕੋਈਏ ਸਾਡਾ ਆਸਰਾ ਨਾ ਕੋਈਏ ਆਪ ਜੀ ਵੱਲੋਂ ਬੇਅੰਤ ਮਾਣ ਸਤਿਕਾਰ ਢਾਡੀ ਜੱਥੇ ਦੇ ਹੌਸਲਾ ਫਜਾਈ ਅੰਦਰ ਭੇਜਿਆ ਜਾ ਰਿਹਾ ਹੈ ਬੇਅੰਤ ਮਾਇਆ ਦੇ ਗੱਫੇ ਭੇਜੇ ਜਾ ਰਹੇ ਨੇ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਸ਼ਤਾਬਗੜ੍ਹ ਨਗਰ ਜਿੱਥੇ ਦੂਰ ਦੁਰਾਡੇ ਇਲਾਕਿਆਂ ਤੋਂ ਆਣ ਕੇ ਸੰਗਤਾਂ ਬਾਬਾ ਜੀ ਦੇ ਸਥਾਨਾਂ ਤੇ ਨਮਸਕਾਰਾਂ ਕਰਦੀਆਂ ਔਰ ਤੁਸੀਂ ਭਾਗਾਂ ਵਾਲੇ ਉੱਪਰ ਇਸ ਗੱਲ ਦੀ ਹੈਰਾਨੀ ਹੋਈ ਕਿ ਇਹ ਮੰਨਿਆ ਪਰ ਮੰਨਿਆ ਨਗਰ ਔਰ ਜਦੋਂ ਕਿਤੇ ਸਮਾਗਮਾਂ ਦੀ ਗੱਲ ਆਵੇ ਤਾਂ ਸ਼ਤਾਬਗੜ੍ਹ ਨਗਰ ਦੀ ਗੱਲ ਜ਼ਿਕਰ ਹੁੰਦਾ ਪਰ ਸੰਗਤ ਬੜੀ ਘੱਟ ਸਾਨੂੰ ਜਿਹੜੀ ਦੀਵਾਨ ਹਾਲਤ ਦੇਖਣ ਨੂੰ ਮਿਲੀ ਹੁਣ ਜੇ ਆਪਾਂ ਕਹੀਏ ਵੀ ਅਸੀਂ ਘਰੇ ਚਲੇ ਗਈਏ ਤੇ ਇੰਨਾ ਵੀ ਪਸ਼ੂਆਂ ਦੀ ਸੇਵਾ ਸੰਭਾਲ ਦਾ ਧਾਰਨਾ ਦਾ ਸਮਾਂ ਨਹੀਂ ਆ ਗਿਆ ਇੰਨਾ ਵੀ ਟਾਈਮ ਨਹੀਂ ਹੋਇਆ ਪਰ ਉਸ ਹਿਸਾਬ ਨਾਲ ਪਤਾ ਨਹੀਂ ਸਾਨੂੰ ਲੱਗਿਆ ਕਿ ਸੰਗਤ ਦਾ ਜਿਹੜਾ ਇਕੱਠ ਥੋੜਾ ਘੱਟ ਹੈ ਔਰ ਜੇ ਮੈਂ ਇਸ ਨਗਰ ਦਾ ਜ਼ਿਕਰ ਕਰਾਂ ਔਰ ਜਦੋਂ ਸਤਾਈਏ ਦੀ ਗੱਲ ਦਾ ਇੰਨਾ ਸਮਾਗਮਾਂ ਦੀ ਗੱਲ ਆਵੇ ਔਰ ਇਸ ਨਗਰ ਦਾ ਜ਼ਿਕਰ ਆਮ ਕਰਕੇ ਹੁੰਦਾ ਔਰ ਜਿੰਨੀਆਂ ਵੀ ਪਿਆਰ ਵਾਲੀਆਂ ਸੰਗਤਾਂ ਰੂਹਾਂ ਬੈਠੀਆਂ ਤੁਸੀਂ ਮਾਣ ਦੇ ਕੇ ਨਿਵਾਜ ਰਹੇ ਹੋ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਭਾਈ ਸਾਹਿਬ ਸਤਾਬਗੜ੍ਹ ਪ੍ਰਿੰਟਿੰਗ ਪ੍ਰੈਸ ਜਿਨ੍ਹਾਂ ਦੀ ਬੜਾ ਮਾਣ ਦੇ ਕੇ ਨਿਵਾਜਿਆ ਜਿਨ੍ਹਾਂ ਨੇ ਅਸੀਂ ਇਹਨਾਂ ਦੀ ਵੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਜਥਿਆਂ ਨੂੰ ਬੁਲਾਉਂਦੇ ਔਰ ਉਹਨਾਂ ਨੂੰ ਮਾਣ ਸਤਿਕਾਰ ਦੇ ਕੇ ਨਿਵਾਜਦੇ ਔਰ ਇਸ ਗੱਲ ਦੀ ਜਿੱਥੇ ਮੈਂ ਸਿਫਤ ਪਹਿਲਾਂ ਵੀ ਕੀਤੀ ਉੱਥੇ ਜਥਿਆਂ ਪਾਸੋਂ ਵੀ ਅਸੀਂ ਇਸ ਨਗਰ ਦੀ ਸਿਫਤ ਸੁਣੀ ਹੈ ਕਿਉਂਕਿ ਇਹ ਜਿਹੜਾ ਬਾਬਾ ਜੀ ਦਾ ਸਮਾਗਮ ਹੈ ਇਸ ਸਮਾਗਮ ਤੇ ਅਸੀਂ ਪਹਿਲੀ ਵਾਰੀ ਆਏ ਹਾਂ ਇਸ ਮੇਲੇ ਦੀ ਅਸੀਂ ਪਹਿਲੀ ਵਾਰੀ ਜਾਂ ਇਸ ਸਮਾਗਮ ਤੇ ਆਏ ਹਾਂ ਜੋੜ ਮੇਲ ਆਪਾਂ ਕਹਿ ਦਈਏ ਸ਼ਹੀਦੀ ਸਮਾਗਮ ਹੈ ਉਹਨਾਂ ਦੀ ਯਾਦ ਅੰਦਰ ਅੱਜ ਆਪਾਂ ਇਕੱਤਰ ਹੋਈ ਹੈ ਕਵਿਤਾਵਾਂ ਦੋ ਤਿੰਨ ਅਸੀਂ ਆਪ ਜੀ ਦੇ ਨਾਲ ਸੰਗ ਪਾਉਣੀ ਹੈ ਉਹਦੇ ਵਿੱਚੋਂ ਵੀਰਾਂ ਦਾ ਜਿਹੜਾ ਕਵਿਤਾ ਵਾਸਤੇ ਹੁਕਮ ਹੋਇਆ ਢਾਡੀ ਵਾਰ ਵਾਸਤੇ ਅਸੀਂ ਉਹ ਕਵਿਤਾ ਦੀ ਵੀ ਸਾਂਝ ਪਾਵਾਂਗੇ ਜੇਕਰ ਕਰ ਜਾਈਏ ਕਵਰ ਕਸ਼ਮੀਰਾ ਸਿੰਘ ਬਾਬਾ ਜੀ ਦੇ ਕੋਲ ਗਿਆ ਔਰ ਤਾਹਾਂ ਮਾਰ ਕੇ ਰੋ ਪਏ ਸੱਚ ਜਾਣੋ ਜਿਹਦਾ ਪਰਿਵਾਰ ਵਿਛੜ ਜਾਵੇ ਔਰ ਰੋਵੇ ਨਾ ਤੇ ਹੋਰ ਕੀ ਕਰੇ ਪਤਾ ਨਹੀਂ ਇਹ ਰੱਬ ਦੇ ਰੰਗ ਹੈ ਇਨਸਾਨ ਅੱਜ ਸੁੱਤਾ ਹੈ ਤੇ ਸੁੱਤੇ ਨੇ ਸਵੇਰ ਨੂੰ ਉੱਠਣਾ ਹੈ ਜਾਂ ਨਹੀਂ ਉੱਠਣਾ ਹੈ ਸੋਚਣ ਲੱਗੇ ਸੌਣ ਲੱਗੇ ਸੀ ਸੁਪਨੇ ਬੜੇ ਮਨ ਚ ਲੈ ਕੇ ਸੌ ਜਾਂਦੇ ਹੈ ਸ਼ੇਰੇ ਪੰਜਾਬ ਨੇ ਰਣ ਦਿੱਤੇ ਅੰਦਰ ਤਲਵਾਰ ਵਾਹੀ ਸ਼ਕਤੀਸ਼ਾਲੀ ਰਾਜ ਕਾਇਮ ਹੋਇਆ ਹੈ ਚਾਂਦੀ ਦੇ ਥਾਲ ਤੇ ਸੋਨੇ ਦੇ ਚਮਚਿਆਂ ਦੇ ਨਾਲ ਖਾਣ ਵਾਲਾ ਪਰਿਵਾਰ ਪਰ ਕਦੀ ਕਿਸੇ ਨੇ ਸੋਚਿਆ ਸੀ ਵੀ ਆਹ ਸਮਾਂ ਵੀ ਆਵੇਗਾ ਪਰਿਵਾਰ ਤੇ ਕਦੇ ਕਿਸੇ ਨੇ ਸੋਚਿਆ ਸੀ ਘਰੋਂ ਬੇਘਰ ਹੋਣਾ ਪਵੇਗਾ ਸਾਡਾ ਆਪਣਾ ਘਰ ਸਾਡਾ ਆਪਣਾ ਰਾਜ ਭਾਗ ਸਾਡੀਆਂ ਆਪਣੀਆਂ ਫਰਜ਼ਾਂ ਉਹ ਜਿਹੜੇ ਚੰਦ ਪੈਸਿਆਂ ਤੇ ਆਣ ਕੇ ਫੌਜ ਚ ਭਰਤੀ ਹੋਏ ਮਾਲਕ ਬਣ ਕੇ ਪੈ ਗਏ ਏਡੀ ਵੱਡੀ ਗਦਾਰੀ ਐਡੀ ਵੱਡੀ ਗਦਾਰੀ ਡੋਗਰਿਆਂ ਨੇ ਕੀਤੀ ਧਿਆਨ ਸਿੰਘ ਡੋਗਰੇ ਨੂੰ ਕਿਹਾ ਸੀ ਸ਼ੇਰੇ ਪੰਜਾਬ ਨੇ ਉਹ ਵਫ਼ਾਦਾਰ ਬਣ ਕੇ ਰਹੀ ਅੰਤਮ ਸਮੇਂ ਕਹਿੰਦਾ ਸ਼ੇਰੇ ਪੰਜਾਬ ਮੈਂ ਵਫ਼ਾਦਾਰ ਬਣ ਕੇ ਰਵਾਂਗਾ ਤੁਹਾਡੇ ਨਾਲ ਵਾਅਦਾ ਕਰਦਾ ਪਰ ਮੈਂ ਜੀ ਕੇ ਕੀ ਕਰਨਾ ਜੇ ਤੁਹਾਨੂੰ ਕੁਝ ਹੋ ਗਿਆ ਤੇ ਮੈਂ ਆਪ ਮਰ ਜਾਣਾ ਤੇ ਖਾਦ ਛਾਲ ਮਾਰ ਕੇ ਦਰਅਸਲ ਇਹ ਇੱਕ ਡਰਾਮਾ ਕਰਦਾ ਸੀ ਕਹਿੰਦੇ ਕੌਣ ਕਿਸੇ ਲਈ ਮਰਦਾ ਮਰਦਾ ਕੋਈ ਜੇ ਦਿਲ ਅੰਦਰ ਪਿਆਰ ਨਾ ਹੋਵੇ ਕਹਿਣ ਨੂੰ ਇਗਰੀ ਯਾਰ ਵੀ ਬੜੇ ਹੁੰਦੇ ਨੇ ਦੋਸਤ ਬੜੇ ਕਹਿੰਦੇ ਕਿਸੇ ਲਈ ਕੋਈ ਵਿਰਲਾ ਹੀ ਮਰਦਾ ਕਹਿਣ ਨੂੰ ਦਿਖਾਵਾ ਅੱਜ ਧਿਆਨ ਸਿੰਘ ਡੋਗਰਾ ਕਰ ਰਿਹਾ ਇਹ ਕਹਿੰਦਾ ਤੁਸੀਂ ਮਰੋ ਤੇ ਰਾਜ ਭਾਗ ਮੇਰੇ ਹੱਥਾਂ ਚ ਆ ਜਾਵੇ ਕਿਵੇਂ ਖੜਕ ਸਿੰਘ ਨੂੰ ਮਾਰਿਆ ਕਿਵੇਂ ਕਮਰ ਨਾਉ ਨਿਹਾਲ ਤੇ ਸਜ਼ਾ ਛੱਡ ਕੇ ਮਾਰਿਆ ਜਿਹੜੇ ਸੰਧਾ ਵਾਲੀ ਹੈ ਸਰਦਾਰ ਅਦਰ ਸਿੰਘ ਸੰਧਾ ਵਾਲੀ ਹੈ ਬਾਬਾ ਜੀ ਦੇ ਕੋਲੇ ਚਲੇ ਗਏ
ਇਹਨੂੰ ਵੀ ਹੀਰਾ ਸਿੰਘ ਨੇ ਸਤਾਇਆ ਕਿਉਂਕਿ ਇਹਨਾਂ ਦੇ ਪਿੱਛੇ ਕਿਉਂ ਪਿਆ ਸੀ? ਧਿਆਨ ਸਿੰਘ ਡੋਗਰੇ ਨੂੰ ਮਾਰਿਆ ਤੇ ਸੰਧਾਂ ਵਾਲੀਆਂ ਸਰਦਾਰਾਂ ਨੇ ਮਾਰਿਆ ਹੀਰਾ ਸਿੰਘ ਦੇ ਬਾਪ ਨੂੰ, ਇਹ ਉਹਨਾਂ ਦੇ ਮਗਰ ਪੈ ਗਿਆ। ਹੁਣ ਕਬਰ ਕਸ਼ਮੀਰਾ ਸਿੰਘ ਸ਼ੇਰੇ ਪੰਜਾਬ ਦੇ ਪੁੱਤਰ ਕਬਰ ਪਿਸ਼ੌਰਾ ਸਿੰਘ ਨੂੰ ਮਾਰਨਾ ਚਾਹੁੰਦਾ ਹੈ। ਇਹ ਵੀ ਬਾਬਾ ਜੀ ਦੀ ਸ਼ਰਨ ਚ ਗਏ। ਬਾਬਾ ਜੀ ਨੇ ਸਿੰਘਾਂ ਨੂੰ ਭੇਜਿਆ, ਕੁਝ ਬੀਬੀਆਂ ਨੂੰ ਭੇਜਿਆ ਤੇ ਰਾਣੀ ਨੂੰ ਬਸੁਰਤ ਨੂੰ ਲੈ ਕੇ ਆਂਦਾ ਹੈ। ਲੰਮਾ ਸਮਾਂ ਜਿਹੜਾ ਉਹਦਾ ਇਲਾਜ ਹੋਇਆ ਤੇ ਤੰਦਰੁਸਤ ਹੋਈ ਹੈ। ਜਿੱਥੇ ਇਹ ਗਏ ਨੇ ਸਰਦਾਰ ਬਾਬਾ ਜੀ ਦੇ ਕੋਲ, ਉੱਥੇ ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਨਲੂਆ ਵੀ ਬਾਬਾ ਜੀ ਦੇ ਕੋਲ ਗਿਆ। ਹੀਰਾ ਸਿੰਘ ਇਹਨਾਂ ਦੇ ਨਾਲ ਵੀ ਲੱਗਦਾ ਸੀ, ਕਿਉਂ? ਕਿਉਂਕਿ ਇਹ ਹੀਰਾ ਸਿੰਘ ਚਾਹੁੰਦਾ ਸੀ, ਇਹ ਪੰਡਿਤ ਜੱਲਾ ਇਹ ਕਹਿੰਦੇ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕਬਰ ਦਲੀਪ ਤੇ ਮਹਾਰਾਣੀ ਜਿੰਦਾ ਨੂੰ ਯਾਰ ਦੇ ਕੇ ਮਾਰ ਦਿੱਤਾ ਜਾਵੇ। ਜਵਾਹਰ ਸਿੰਘ ਨਲੂਏ ਨੂੰ ਪਤਾ ਲੱਗ ਗਿਆ। ਉਹਨਾਂ ਨੇ ਕਿਹਾ ਵੀ ਮਹਾਰਾਣੀ ਸਾਹਿਬਾ ਔਰ ਕਬਰ ਦਲੀਪ ਨੂੰ ਬਚਾਉਣਾ ਹੈ। ਇਸ ਗੱਲ ਦੀ ਪਤਾ ਹੀਰਾ ਸਿੰਘ ਨੂੰ ਲੱਗ ਗਿਆ। ਉਹ ਕਹਿਣ ਲੱਗਾ ਵੀ ਮੈਂ ਜਵਾਹਰ ਸਿੰਘ ਨਲੂਏ ਨੂੰ ਵੀ ਮਾਰਨਾ ਹੈ। ਔਰ ਇਹ ਗੱਲ ਕਹਿ ਦਿੱਤੀ ਵੀ ਇਹ ਸਾਰੇ ਬਾਗੀ ਨੇ, ਬਾਬਾ ਵੀਰ ਸਿੰਘ ਸਾਹਿਬ ਦੇ ਸਥਾਨਾਂ ਤੇ ਜਿਹੜੇ ਗਏ ਨੇ ਸਾਰੇ ਬਾਗੀ ਨੇ, ਸਰਕਾਰ ਦੇ ਬਾਗੀ। ਇਹ ਸਰਕਾਰ ਦੇ ਖਿਲਾਫ, ਰਾਜ ਮਹਿਲਾ ਖਿਲਾਫ ਚਾਲਾਂ ਚੱਲਦੇ ਨੇ, ਇਸ ਕਰਕੇ ਬਾਗੀ, ਇਹਨਾਂ ਨੂੰ ਬਾਗੀ ਦਾ ਕਰਾਰ ਦੇ ਦਿੱਤਾ ਜਾਵੇ। ਹੁਣ ਲਾਹੌਰ ਦਰਬਾਰ ਚ ਤੇ ਇਹ ਵੀ ਗੱਲ ਪਹੁੰਚ ਗਈ ਹੈ ਵੀ ਜਿਹਨਾਂ ਨੇ ਬਾਬਾ ਵੀਰ ਸਿੰਘ ਸਾਹਿਬ ਦੇ ਕੋਲ ਜਾ ਕੇ ਸ਼ਰਨ ਲਈ ਉਹ ਜਿੱਥੇ ਬਾਗੀ ਨੇ ਤੇ ਬਾਬਾ ਵੀਰ ਸਿੰਘ ਸਾਹਿਬ ਵੀ ਬਾਗੀ ਨੇ। ਸ਼ੇਰੇ ਪੰਜਾਬ ਬਾਬਾ ਜੀ ਦਾ ਬੜਾ ਸਤਿਕਾਰ ਕਰਿਆ ਕਰਦਾ ਸੀ, ਅਦਬ ਕਰਿਆ ਕਰਦਾ ਸੀ। ਜਦੋਂ ਬਾਬਾ ਵੀਰ ਸਿੰਘ ਸਾਹਿਬ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਨਾ ਔਰ ਉਹਨੇ ਦੀ ਧਰਤੀ ਤੇ ਚਲੇ ਗਏ, ਸ਼ੇਰੇ ਪੰਜਾਬ ਨੂੰ ਪਤਾ ਲੱਗਿਆ, ਉਹਨੇ ਸੁਨੇਹਾ ਭੇਜਿਆ ਬਾਬਾ ਜੀ ਨੂੰ ਵੀ ਬਾਬਾ ਜੀ ਦੁਬਾਰਾ ਫੌਜ ਆਣ ਕੇ ਨੌਕਰੀ ਕਰੋ। ਬਾਬਾ ਜੀ ਨੇ ਮਨਾ ਕਰ ਦਿੱਤਾ ਵੀ ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨੌਕਰੀ ਕਰਨੀ ਹੈ। ਤੇ ਜਿਨ੍ਹਾਂ ਨੇ ਜਾ ਕੇ ਦੱਸਿਆ ਉਹਨਾਂ ਨੇ ਕਿਹਾ ਵੀ ਬਾਬਾ ਜੀ ਦੀ ਹੁਣ ਉਹ ਪਹਿਲੀ ਅਵਸਥਾ ਨਹੀਂ ਰਹੀ, ਉਹ ਬ੍ਰਹਮ ਗਿਆਨੀਆਂ ਦੀ ਅਵਸਥਾ ਚ ਆ ਗਏ ਨੇ। ਉਹਨਾਂ ਤੇ ਰੱਬ ਦੀ ਕਿਰਪਾ ਬੜੀ ਹੋ ਗਈ, ਉਹਨਾਂ ਦੀ ਅਵਸਥਾ ਬੜੀ ਉੱਚੀ ਹੈ। ਜਦੋਂ ਸ਼ੇਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਕਿਹਾ ਵੀ ਇੱਕ ਤੋਪ ਔਰ 1500 ਜਵਾਨ ਬਾਬਾ ਜੀ ਦੇ ਨਾਲ ਪੱਕੇ ਭੇਜ ਦਿੱਤੇ ਜਾਣ। ਬਾਬਾ ਜੀ ਨੇ ਕਿਹਾ ਸ਼ੇਰੇ ਪੰਜਾਬ 1500 ਜਵਾਨਾਂ ਦਾ ਕੀ ਕਰਨਾ ਡੇਰੇ ਤੇ, ਉਹ ਇਹਨਾਂ ਦੀ ਤਨਖਾਹ ਮੇਰੇ ਤੋਂ ਨਹੀਂ ਦਿੱਤੀ ਜਾਣੀ। ਤੇ ਸ਼ੇਰੇ ਪੰਜਾਬ ਕਹਿਣ ਲੱਗਾ ਬਾਬਾ ਜੀ ਇਹ ਜਵਾਨ ਤੁਹਾਡੇ ਨਾਲ ਰਹਿਣਗੇ ਪਰ ਇਹਨਾਂ ਦੀ ਤਨਖਾਹ ਸਰਕਾਰੀ ਖਜ਼ਾਨੇ ਚੋਂ ਜਾਇਆ ਕਰੇਗੀ। ਗੁਰੂ ਖਾਲਸਾ ਜੀ 700 ਮਣ ਆਟਾ ਪੱਕਦਾ, 250 ਮਣ ਜਿਹੜੀ ਦਾਲ ਪੜਦੀ। ਅੱਜ ਸੰਗਤਾਂ ਪਤਾ ਨੀ ਕਿੰਨੀਆਂ ਕਾਣ ਕੇ ਨਿਤ ਬਾਬਾ ਵੀਰ ਸਿੰਘ ਸਾਹਿਬ ਦੇ ਸਥਾਨਾਂ ਤੇ ਜਾ ਕੇ ਪ੍ਰਸ਼ਾਦਾ ਛਕਦੀ। ਹੁਣ ਲਾਹੌਰ ਦਰਬਾਰ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ, ਬਾਬਾ ਜੀ ਆਪ ਬਾਗੀ ਨੇ ਕਿਉਂਕਿ ਬਾਗੀਆਂ ਨੂੰ ਸ਼ਰਨ ਦਿੱਤੀ ਹੈ। ਪੰਡਿਤ ਖੁਦਾ ਨੇ ਖਾਲਸਾ ਜੀ ਇੱਕ ਬਾਬਾ ਖੁਦਾ ਇਹਨੇ ਇਹ ਸਾਰੀ ਜਾਣਕਾਰੀ ਰੱਖਦਾ ਸੀ ਤੇ ਇਹਨੇ ਬਾਬਾ ਵੀਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਲਿਖੀ, ਸੁਨੇਹਾ ਭੇਜਿਆ ਵੀ ਲਾਹੌਰ ਦਰਬਾਰ ਤੇ ਤੁਹਾਡੇ ਖਿਲਾਫ ਵੀ ਚਾਲਾਂ ਚੱਲ ਰਹੀ ਹੈ। ਹੀਰਾ ਸਿੰਘ ਨੇ ਕਹਿ ਦਿੱਤਾ ਬਾਬਾ ਵੀਰ ਸਿੰਘ ਇਹ ਆਪ ਬਾਗੀ ਹੈ, ਇਹ ਬਾਗੀਆਂ ਦੇ ਨਾਲ ਰਲਿਆ ਤੇ ਫੌਜ ਤੁਹਾਡੇ ਤੇ ਚੜ੍ਹਾਈ ਕਰਕੇ ਆ ਰਹੀ ਹੈ। ਹੀਰਾ ਸਿੰਘ ਨੇ ਲਾਭ ਸਿੰਘ ਦੀ ਕਮਾਨ ਹੇਠ ਜਿਵੇਂ ਬਾਬਾ ਸਿੰਘ ਨੂੰ ਫੜਨ ਵਾਸਤੇ ਕਬਰ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਜਵਾਹਰ ਸਿੰਘ ਨਲੂਆ, ਅਤਰ ਸਿੰਘ ਸੰਧਾਂ ਵਾਲੀਆਂ ਨੂੰ ਫੜਨ ਵਾਸਤੇ ਜਿਵੇਂ ਫੌਜ ਭੇਜੀ, ਢਾਡੀ ਦੇ ਠਾਕ ਕਿਉਂ ਕਹਿ ਰਹੇ ਹੋ?
ਪ੍ਰਤਾਪ ਸਿੰਘ ਸਰਦਾਰ ਨੂੰ ਦਲ ਦੇ ਕੇ ਪਾਲਾ ਹੀਰਾ ਸਿੰਘ ਨੇ ਤੋੜਿਆ ਦੇ ਹੁਕਮ ਕਰਾਰਾ ਹੁਕਮ ਕਰਾਰਾ ਕਰਾਰਾ ਅਤਰ ਸਿੰਘ ਸਰਦਾਰ ਨੂੰ ਫੜ ਲੈ ਆ ਜਾਰਾ ਲੈ ਆ ਜਾਰਾ ਸਰਦਾਰਾ ਸੀਤਲ ਸਰਦਾਰਾ
ਬਾਬਾ ਜੀ ਨੂੰ ਪਤਾ ਲੱਗਾ, ਬਾਬਾ ਖੁਦਾ ਸਿੰਘ ਨੇ ਚਿੱਠੀ ਲਿਖੀ ਹੈ ਵੀ ਲਾਹੌਰ ਦਰਬਾਰ ਤੋਂ ਬਾਬਾ ਜੀ ਫੌਜ ਤੁਹਾਡੇ ਡੇਰੇ ਵੱਲ ਨੂੰ ਆ ਰਹੀ ਹੈ। ਤੇ ਬਾਬਾ ਜੀ ਨੇ ਸਿੰਘਾਂ ਨੂੰ ਕਿਹਾ ਵੀ ਪ੍ਰਸ਼ਾਦੇ ਤਿਆਰ ਕਰੋ, 2 ਦਿਨ ਹਜੇ ਫੌਜ ਨੂੰ ਆਉਣ ਨੂੰ ਲੱਗਣੀ ਨੇ। ਜਿਹੜੇ ਸਾਡੇ ਤੇ ਚੜ੍ਹਾਈ ਕਰਨ ਵਾਸਤੇ ਭਾਈ ਆ ਰਹੇ ਨੇ ਉਹਨਾਂ ਨੇ ਪ੍ਰਸ਼ਾਦਾ ਛਕਣਾ ਤੇ ਦੇਗਾਂ ਤਿਆਰ ਕਰੋ ਤੇ ਇੱਕ ਕਮਰੇ ਚ ਪ੍ਰਸ਼ਾਦੇ ਤਿਆਰ ਕਰਕੇ ਰੱਖ ਦੋ। ਸਿੱਖ ਸੇਵਾਦਾਰ ਕਹਿੰਦੇ ਬਾਬਾ ਜੀ ਆਉਣਾ ਚੜ੍ਹਾਈ ਕਰਨ ਵਾਸਤੇ ਔਰ ਉਹਨਾਂ ਨੂੰ ਪ੍ਰਸ਼ਾਦੇ ਛਕਾਉਣੇ। ਬਾਬਾ ਜੀ ਕਹਿੰਦੇ ਕੋਈ ਨੀ ਇੱਕ ਪਾਸੇ ਰੱਖ ਦੋ, ਕਿਉਂਕਿ ਬਾਬਾ ਜੀ ਨਹੀਂ ਚਾਹੁੰਦੇ ਸੀ ਇਹ ਭਰਾ ਮਾਰੂ ਜੰਗ ਹੋਵੇ। ਬਾਬਾ ਜੀ ਨਹੀਂ ਸੀ ਚਾਹੁੰਦੇ ਵੀ ਇਹ ਜੰਗ ਹੋਵੇ। ਔਰ ਖੀਰਾ ਸਿੰਘ ਜਿਹਨੇ ਆਪਣੇ ਚਾਚੇ ਸੁਚੇਤ ਸਿੰਘ ਨੂੰ ਮਾਰਿਆ, ਉਹ ਕਿਸੇ ਦਾ ਸਕਾ ਹੋ ਸਕਦਾ, ਉਹਨੇ ਆਪਣੇ ਸਕੇ ਚਾਚੇ ਨੂੰ ਮਾਰਿਆ। ਕਹਿੰਦੇ ਜਦੋਂ ਸਕੇ ਚਾਚੇ ਦੇ ਗੋਲੀਆਂ ਮਾਰੀਆਂ ਤੋਂ ਤੜਫਦਾ ਪਾਣੀ ਮੰਗਦਾ ਤੇ ਹੀਰਾ ਸਿੰਘ ਕਹਿੰਦਾ ਪਾਣੀ ਤੇ ਹੈ ਨੀ, ਵਜ਼ੀਰੀਆਂ ਦਵਾਂ। ਕਹਿੰਦਾ ਮੇਰੇ ਤੋਂ ਵਜ਼ੀਰੀ ਹੈ, ਵਜ਼ੀਰੀ ਲੈਣ ਵਾਸਤੇ ਆਇਆ। ਤੇ ਮਰਦੇ ਨੇ ਕਿਹਾ ਬੁਰੀ ਮੌਤ ਤੂੰ ਮਰੇਗਾ ਹੀਰਾ ਸਿੰਘ। ਉੱਥੇ ਇੱਕ ਲਾਭ ਸਿੰਘ, ਮੀਆਂ ਲਾਭ ਸਿੰਘ ਰਿਸ਼ਤੇ ਦੇ ਵਿੱਚ ਇਹ ਵੀ ਇਹਦਾ ਚਾਚਾ ਲੱਗਦਾ ਸੀ। ਇਹਨੇ ਉਹਨੂੰ ਲਾਲਚ ਦਿੱਤਾ, ਇਹ ਹੀਰਾ ਸਿੰਘ ਦਾ ਹਮਾਇਤੀ ਸੀ ਵੀ ਮੈਂ ਗੁਲਾਬ ਸਿੰਘ ਡੋਗਰੇ ਨੂੰ ਲਾ ਕੇ ਜੰਮੂ ਦਾ ਰਾਜ ਤੈਨੂੰ ਦੇਵਾਂਗਾ ਤੇ 2500 ਫੌਜ ਲੈ ਜਾਏ ਤੇ ਜਾ ਬਾਬਾ ਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ। ਕਵਰ ਕਸ਼ਮੀਰਾ ਸਿੰਘ, ਚੌਰਾ ਸਿੰਘ, ਸ਼ੇਰੇ ਪੰਜਾਬ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ। ਉੱਥੇ ਸ਼ੇਖ ਇਮਾਮੂਦੀਨ ਹੀਰਾ ਸਿੰਘ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ। ਜਦੋਂ ਸਿੱਖ ਰਾਜ ਪੜ੍ਹਦੇ ਆ ਨਾ, ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਨੇ ਲਿਖਿਆ ਵੀ ਸਿੱਖ ਰਾਜ ਕਿਵੇਂ ਆਇਆ ਕਿਵੇਂ ਗਿਆ, ਜਦੋਂ ਪੜ੍ਹਦੇ ਆ ਤਾਂ ਸਾਨੂੰ ਸਾਰਾ ਸੰਖੇਪ ਵਿੱਚ ਇਤਿਹਾਸ ਪੜ੍ਹਨ ਨੂੰ ਮਿਲਦਾ। ਕਈ ਵਾਰੀ ਇਤਿਹਾਸ ਪੜ੍ਹਨਾ ਔਰ ਸੁਣਨਾ ਹੀ ਬੜਾ ਔਖਾ ਹੋ ਜਾਂਦਾ। ਅਸੀਂ ਇਹ ਗੱਲ ਕਹਿੰਦੇ ਹੁੰਦੇ ਹਾਂ ਵੀ ਜਿਹੜਾ ਸਟੇਜ ਤੇ ਆਉਣ ਵਾਲਾ ਬੁਲਾਰਾ ਇਹ ਥੋੜੋ ਆ ਵੀ ਉਹਨੂੰ ਹਰ ਇੱਕ ਗੱਲ ਦਾ ਗਿਆਨ ਹੋਵੇ, ਪਰ ਕਈ ਵਾਰੀ ਕਈ ਇਤਿਹਾਸ ਅਸੀਂ ਐਸੇ ਪੜ੍ਹਦੇ ਹਾਂ ਨਾ ਸਾਡੇ ਤੋਂ ਪੜ੍ਹੇ ਨਹੀਂ ਜਾਂਦੇ, ਸਾਡਾ ਆਪਣਾ ਮਨ ਹੀ ਭਰਿਆ ਹੁੰਦਾ। ਜਦੋਂ ਸ਼ੇਰੇ ਪੰਜਾਬ ਦੇ ਰਾਜ ਦੀ ਗੱਲ ਕਰਦੇ ਹਾਂ, ਡੋਗਰਿਆਂ ਦੀ ਗਦਾਰੀ ਦੀ ਗੱਲ ਕਰਦੇ ਹਾਂ, ਸੱਚ ਜਾਣੋ ਉਹ ਦਰਦ ਜਾਂ ਮਹਾਰਾਣੀ ਜਿੰਦਾ ਦਾ ਉਹ ਆਪਾਂ ਅੰਤਮ ਸਮਾਂ ਦੇਖਦੇ ਹਾਂ। ਜਦੋਂ ਘਰੋਂ ਬੇਘਰ ਹੋ ਗਈ, ਪੁੱਤ ਵਿਛੋੜ ਦਿੱਤਾ ਗਿਆ, ਉਹ ਦਰਦ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਕੁਝ ਹੁੰਦਾ ਹੈ, ਕਿਉਂਕਿ ਇਤਿਹਾਸ ਕੋਈ ਆਮ ਇਤਿਹਾਸ ਨਹੀਂ। ਇਹ ਸ਼ੇਖ ਇਮਾਮੂਦੀਨ ਨੂੰ ਭੇਜਿਆ, 1500 ਫੌਜ ਉਹਨੇ ਲੈ ਲਈ, 2500 ਫੌਜ ਇੱਕ ਨੇ ਲੈ ਲਈ, ਇਹਨਾਂ ਦੇ ਕੋਲੇ ਤੋਪਾਂ ਨੇ, ਬਾਬਾ ਵੀਰ ਸਿੰਘ ਸਾਹਿਬ ਵੱਲ ਨੂੰ ਆ ਰਹੇ ਨੇ ਵਧੀ। ਔਰ ਗੁਲਾਬ ਸਿੰਘ ਤੇ ਬਾਗ ਸਿੰਘ ਬਾਬਾ ਵੀਰ ਸਿੰਘ ਸਾਹਿਬ ਦੇ ਕੋਲੇ ਪਹਿਲਾਂ ਆ ਗਏ। ਨਿਤਨੇ ਹੁਣ ਅੱਜ ਦੇ ਦਿਨ ਦੀ ਆਪਾਂ ਗੱਲ ਕਰੀਏ ਤੇ ਔਰ ਜਿਹੜਾ ਕੱਲ ਦਾ ਦਿਨ ਬੀਤ ਕੇ ਗਿਆ ਉਸ ਦਿਨ ਦੀ ਮੈਂ ਗੱਲ ਕਰਦਾ। ਅੱਜ ਕੀਰਤਨ ਹੋ ਰਿਹਾ ਜੀ, ਬਾਬਾ ਜੀ ਬੈਠੇ ਸਨ ਤੇ ਸਿੱਖ ਸਰਦਾਰ ਬਾਬਾ ਜੀ ਦੇ ਦੁਆਲੇ ਬੈਠੇ ਸਨ। ਅੱਜ ਕਈ ਵਾਰੀ ਆਪਾਂ ਇਹ ਹਾਲਾਤ ਦੇਖਦੇ ਹਾਂ ਸਮਾਜ ਅੰਦਰ, ਜਦੋਂ ਅਸੀਂ ਨੌਜਵਾਨਾਂ ਵੱਲ ਦੇਖਦੇ ਹਾਂ ਵੀ ਅਸੀਂ ਇਸ ਪਿੰਡ ਵੱਲ ਆਣ ਕੇ, ਮੈਂ ਭਾਈ ਸਾਹਿਬ ਨੂੰ ਜ਼ਿਕਰ ਕਰ ਰਹੀ ਸੀ ਵੀ ਬਹੁਤ ਸਮਾਂ ਪਹਿਲਾਂ ਅਸੀਂ ਆਏ ਸੀ, ਭਵਾਂ ਅਸੀਂ ਵੀ ਸੁਲਤਾਨਪੁਰ ਦੇ ਏਰੀਏ ਤੋਂ ਆ, ਪਰਲੀ ਸਾਈਡ ਵੱਲ ਸਾਡਾ ਪਿੰਡ ਹੈ, ਪਰ ਇੱਧਰ ਵੀ ਆਣ ਕੇ ਬੜੇ ਸਮੇਂ ਬਾਅਦ ਦੇਖਿਆ ਕਿ ਬੜੀ ਤਰੱਕੀ ਕੀਤੀ ਹੈ ਔਰ ਇਸ ਪਿੰਡ ਨੇ ਬੜੀ ਤਰੱਕੀ ਕੀਤੀ। ਤੇ ਭਾਈ ਸਾਹਿਬ ਦੱਸ ਰਹੇ ਸੀ ਪਰਿਵਾਰ ਦਾ ਜ਼ਿਆਦਾਤਰ ਜੀ ਜਿਹੜੇ ਬੱਚੇ ਉਹ ਵਿਦੇਸ਼ ਦੀ ਧਰਤੀ ਤੇ ਗਏ ਨੇ। ਭਾਈ ਸਾਹਿਬ ਭੁਪਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇੰਗਲੈਂਡ ਤੋਂ ਫੋਨ ਲਾਇਆ, ਪ੍ਰਬੰਧਕਾਂ ਨੇ ਫੋਨ ਲਾਇਆ, ਪ੍ਰਿੰਟਿੰਗ ਪ੍ਰੈਸ ਵਾਲੇ ਵੀਰ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਜਦੋਂ ਜ਼ਿਕਰ ਕੀਤਾ ਅੱਜ ਸਾਡੇ ਬੱਚੇ ਹੈ ਉਹ ਪੜ੍ਹ ਲਿਖ ਕੇ ਜਦੋਂ ਚਾਹੁੰਦੇ ਆ ਵੀ ਸਾਨੂੰ ਕੋਈ ਨੌਕਰੀ ਮਿਲ ਜਾਵੇ, ਚੰਗੀ ਮਿਲਦੀ ਨਹੀਂ, ਬੱਚੇ ਪੜ੍ਹਾਉਣੇ ਸੌਖੇ ਨਹੀਂ, ਲੱਖਾਂ ਰੁਪਈਆ ਖਰਚਾ ਹੁੰਦਾ,
ਪਹਿਲਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਖਰਚੇ, ਹੁਣ ਬੱਚਿਆਂ ਨੂੰ ਲੱਖ ਰੁਪਈਏ ਲਾ ਕੇ ਪੜ੍ਹਾਇਆ ਤੇ 15-20 ਹਜ਼ਾਰ ਤੋਂ ਵੱਧ ਕੋਈ ਤਨਖਾਹ ਹੀ ਨਹੀਂ, ਫਿਰ ਇਹਦੇ ਨਾਲ ਖਰਚਾ ਹੀ ਨਹੀਂ ਚੱਲਦਾ। ਤੇ ਫਿਰ ਬੱਚੇ ਕਹਿੰਦੇ ਵੀ ਬਾਪੂ ਜਿਹੜੇ 2 ਕਿੱਲੇ ਆ ਮੈਂ ਕਿਉਂ ਨਾ ਇਹੀ ਵੇਚ ਕੇ ਬਾਹਰ ਚਲੇ ਜਾਵਾਂ। ਅੱਜ ਸਾਡੇ ਬੱਚੇ ਵਿਦੇਸ਼ ਚ ਜਾ ਕੇ ਗੋਰਿਆਂ ਦੇ ਕੋਲੇ ਨੌਕਰੀ ਕਰਦੇ ਨੇ, ਪਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ, ਉਦੋਂ ਗੋਰੇ ਸ਼ੇਰੇ ਪੰਜਾਬ ਦੇ ਕੋਲੇ ਆਣ ਕੇ ਨੌਕਰੀ ਕਰਿਆ ਕਰਦੇ ਸਨ। ਕਈ ਕਈ ਘੰਟੇ ਲਾਈਨਾਂ ਦੇ ਵਿੱਚ ਤੋਹਫੇ ਲੈ ਕੇ ਖੜੇ ਰਿਹਾ ਕਰਦੇ ਸਨ। ਸ਼ੇਰੇ ਪੰਜਾਬ ਨੂੰ ਮਿਲਣ ਵਾਸਤੇ ਵਾਰੀ ਨਹੀਂ ਸੀ ਆਉਂਦੀ। ਉਦੋਂ ਅੰਗਰੇਜ਼ ਆਣ ਕੇ ਇੱਥੇ ਨੌਕਰੀ ਕਰਦੇ, ਅੱਜ ਅਮਰੀਕਾ ਦਾ $1 $70-80 ਰੁਪਈਏ ਇੱਧਰ ਆਣ ਕੇ ਬਣ ਜਾਂਦੇ ਨੇ ਕਰੰਸੀ। ਔਰ ਉਹ ਸਮੇਂ ਇੱਕ ਨਾਨਕ ਸ਼ਾਹੀ ਸਿੱਕੇ ਦੇ $38 ਅਮਰੀਕਾ ਦੇ ਬਣਿਆ ਕਰਦੇ ਸਨ। ਸਾਡਾ ਇੱਕ ਸਿੱਕਾ ਸੀ, ਸਾਡੀ ਇੰਨੀ ਕਰੰਸੀ ਉੱਪਰ ਸੀ, ਔਰ $38 ਅਮਰੀਕਾ ਦੇ ਬਣਦੇ। ਸੋਨੇ ਦੀ ਚਿੜੀ ਆਖਿਆ ਜਾਂਦਾ ਸੀ, ਬੇੜਾ ਬਹਿ ਗਿਆ ਇਹਨਾਂ ਡੋਗਰਿਆਂ ਦਾ ਜਿਹਨਾਂ ਨੇ ਸਾਰਾ ਕੁਝ ਉਜਾੜ ਕੇ ਰੱਖ ਦਿੱਤਾ। ਬੜਾ ਦੁੱਖ ਹੁੰਦਾ ਲਹਿਣਾ ਸਿੰਘ ਮਜੀਠੀਏ ਦਾ ਇਤਿਹਾਸ ਪੜ੍ਹਦੇ ਆ, ਜਿਹਨੇ ਚਮੜੇ ਦੀਆਂ ਤੋਪਾਂ ਬਣਾ ਦਿੱਤੀਆਂ, ਜਿਹੜੀ ਇੱਕ ਵਾਰੀ ਤੋਪ ਚੱਲਦੀ ਸੀ ਨਸ਼ਟ ਹੋ ਜਾਂਦੀ, ਸੂਰਜਮੁਖੀ ਵਰਗੀਆਂ ਤੋਪਾਂ ਜਿਹੜੀ ਦੂਰ ਤੱਕ ਮਾਰ ਕਰਦੀਆਂ। ਅੱਜ ਆਪਾਂ ਦੁਨਾਲੀ ਕਹਿੰਦੇ ਆ ਨਾ, ਦੁਨਾਲੀ ਦਾ ਜ਼ਿਕਰ ਹੁੰਦਾ ਹੈ ਜਿਹਦੀਆਂ 2 ਨਾਲੀਆਂ ਟ੍ਰਿਪਲ ਗਨ, ਜਿਹਦੀਆਂ 3 ਨਾਲੀਆਂ ਪਹਿਲੀ ਵਾਰੀ ਲਹਿਣਾ ਸਿੰਘ ਮਜੀਠੀਏ ਨੇ ਤਿਆਰ ਕੀਤੀ। ਤੇ ਆਹ ਜ਼ਿਕਰ ਕਰ ਜਾਈਏ, ਪਹਿਲਾਂ ਅੱਜ ਤੋਂ 1 ਦਿਨ ਪਹਿਲਾਂ ਦੀ ਗੱਲ ਹੈ, ਸ਼ਾਮ ਦਾ ਸਮਾਂ, ਬੈਠੇ ਨੇ ਸਿੰਘ, ਬਾਬਾ ਜੀ ਦੇ ਦੁਆਲੇ ਸਿੰਘ ਸਰਦਾਰ ਹੈ, ਕੀਰਤਨ ਹੋ ਰਿਹਾ ਤੇ ਗੁਲਾਬ ਸਿੰਘ ਤੇ ਬਾਗ ਸਿੰਘ ਆਣ ਕੇ ਸਰਦਾਰ ਬਾਬਾ ਜੀ ਦੇ ਕੋਲ ਬਹਿ ਗਏ। ਬਾਬਾ ਜੀ ਕਹਿਣ ਲੱਗੇ, ਉਹ ਗੁਲਾਬ ਸਿੰਘ ਕਿਵੇਂ ਹੋਣੇ ਹੋਏ, ਬਾਗ ਸਿੰਘ ਕਿਵੇਂ ਹੋਣੇ ਹੋਏ? ਕਹਿਣ ਲੱਗੇ, ਬਾਬਾ ਜੀ ਆ ਜਿਹੜੇ ਤੁਹਾਡੇ ਕੋਲੇ ਸਰਕਾਰ ਦੇ ਬਾਗੀ ਹੈ ਨਾ, ਇਹਨਾਂ ਨੂੰ ਤੁਸੀਂ ਸਾਡੇ ਹਵਾਲੇ ਕਰਦੇ ਹੋ ਤੇ ਅਸੀਂ ਨੀ ਚਾਹੁੰਦੇ ਜੰਗ ਕਰੀਏ। ਜੰਗ ਕਾਹਦੇ ਲਈ ਕਰਨੀ? ਸਰਕਾਰ ਦੇ ਬਾਗੀ ਜਿਹੜੇ ਇਹਨਾਂ ਨੂੰ ਸਾਡੇ ਹਵਾਲੇ ਕਰਦੇ ਹੋ, ਅਸੀਂ ਇਹਨਾਂ ਨੂੰ ਬੰਨ ਕੇ ਲੈ ਕੇ ਜਾਣੇ। ਉਹ ਬਾਬਾ ਜੀ ਕਹਿਣ ਲੱਗੇ, ਉਹ ਭਾਗ ਸਿੰਘਾ ਗੁਲਾਬ ਸਿੰਘਾ ਕਿਹੜਾ ਸਰਕਾਰ ਦੇ ਬਾਗੀ? ਕਵਰ ਕਸ਼ਮੀਰਾ ਸਿੰਘ, ਕਵਰ ਪਿਸ਼ੌਰਾ ਸਿੰਘ। ਬਾਬਾ ਜੀ ਕਹਿਣ ਲੱਗੇ, ਸਰਕਾਰ ਦੇ ਬਾਗੀ ਨਹੀਂ ਹੈ, ਇਹ ਰਾਜ ਭਾਗ ਦੇ ਮਾਲਕ ਨੇ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨੇ, ਇਹ ਮਾਲਕ ਨੇ, ਤੇ ਤੁਸੀਂ ਇਹਨਾਂ ਨੂੰ ਬਾਗੀ ਕਿਵੇਂ ਕਹਿ ਸਕਦੇ ਹੋ? ਕਹਿਣ ਲੱਗੇ, ਬਾਬਾ ਜੀ ਇਹ ਸਰਕਾਰ ਦੇ ਬਾਗੀ ਨੇ, ਇਹਨਾਂ ਨੇ ਬਗਾਵਤ ਕੀਤੀ ਹੈ। ਬਾਬਾ ਜੀ ਕਹਿਣ ਲੱਗੇ, ਮਾਲਕ ਨੇ ਤੇ ਇਹਨਾਂ ਦੇ ਹੱਕ ਇਹਨਾਂ ਨੂੰ ਮਿਲਣੇ ਚਾਹੀਦੇ। ਬਾਬਾ ਜੀ ਤੁਸੀਂ ਸੰਤ ਹੋ, ਔਰ ਤੁਸੀਂ ਸੰਤ ਬਣ ਕੇ ਹੀ ਰਹੋ, ਔਰ ਬਾਬਾ ਜੀ ਤੁਸੀਂ ਰਾਜਨੀਤੀ ਨਾ ਕਰੋ। ਕਹਿੰਦਾ ਜਦੋਂ ਉੱਚੀ ਆਵਾਜ਼ ਦੇ ਵਿੱਚ ਬੋਲੇ, ਇਹ ਬਾਬਾ ਜੀ ਇੱਕਦਮ ਉੱਠ ਕੇ ਖੜੇ ਹੋ ਗਏ, ਖੜੇ ਹੋਏ ਨੇ ਸਿੱਖ ਸਰਦਾਰ। ਬਾਬਾ ਜੀ ਕੀ ਕਹਿੰਦੇ ਨੇ ਅੱਗੇ ਤੁਹਾਡੀ ਰਥਾਏ ਹੋ ਮੇਰੇ ਸਿੰਘ ਵਿੱਚ ਰੋਂਦੇ ਆ ਕੇ, ਉਹ ਬੋਲੇ ਬਾਬਾ ਵੀਰ ਸਿੰਘ ਵਿੱਚ ਰੋਂਦੇ ਆ ਕੇ, ਬੋਲੇ ਬਾਬਾ ਵੀਰ ਸਿੰਘ ਵਿੱਚ ਰੋਂਦੇ ਆ ਕੇ, ਉਹ ਬੋਲੇ ਬਾਬਾ ਵੀਰ ਸਿੰਘ ਵਿੱਚ ਰੋਂਦੇ ਆ ਕੇ।
ਕਰਦੇ ਹੋ ਬਿਨਾ ਪੁੱਛਿਆ ਭੋਲਿਆ ਪੁੱਛਿਓ ਪਾਲਿਆ ਜਾ ਕੇ ਰਾਇਆ ਕੇ ਉਹ ਬਿਨਾ ਪੁੱਛਿਓ ਪਾਲਿਆ ਏਕੇ ਰਾਇਆ ਕੇ ਉਹ ਬਿਨਾ ਪੁੱਛਿਆ ਪਾਲਿਆ ਜੇ ਕੇ ਰਾਇਆ ਕੇ ਉਹ ਬਿਨਾ ਪੁੱਛਿਆ ਪਾਲਿਆ ਜੇ ਕੇ ਰਾਇਆ ਕੇ ਆਉਂਦੀ ਤੂੰ ਸਾਨੂੰ ਸਿੱਖ ਬਾਣਾ ਪਾ ਕੇ ਉਹ ਸ਼ਰਮ ਨਹੀਂ ਆਉਂਦੀ ਤੂੰ ਸਾਨੂੰ ਸਿੱਖ ਬਾਣਾ ਪਾ ਕੇ ਉਹ ਸ਼ਰਮ ਨਹੀਂ ਆਉਂਦੀ ਤੂੰ ਸਾਨੂੰ ਸਿੱਖ ਬਾਣਾ ਪਾ ਕੇ ਉਹ ਗੁਰੂ ਘਰਾਂ ਵਿੱਚ ਬੈਠ ਗਏ ਵਿੱਚ ਬੈਠ ਕੇ ਜੋ ਮੱਥਾ ਲਾ ਕੇ ਉਹ ਗੁਰਘਰ ਦੇ ਵਿੱਚ ਬੈਠ ਕੇ ਜੋ ਮੱਥਾ ਲਾ ਕੇ ਤੁਸੀਂ ਬੇਸ਼ੱਕ ਜਾ ਕੇ ਉਹ ਹੀਰਾ ਸਿੰਘ ਨੂੰ ਕਹਿ ਦਿਓ ਤੁਸੀਂ ਬੇਸ਼ੱਕ ਜਾ ਕੇ ਕਰਦਾ ਸੰਤਾਂ ਦਾ
ਮਾੜਾ ਵੇਖ ਕੇ ਕਿਸੇ ਨੂੰ ਹਸੀਏ ਨਾ ਟੀਚਰ ਕਰੀਏ ਨਾ ਬ੍ਰਹਮਚਾਰੀਆਂ ਨੂੰ ਠੋਕਰ ਲਾਈਏ ਨਾ ਸੰਤ ਫਕੀਰ ਤਾਈ ਸੱਪਾ ਨਾਲ ਨਾ ਲਾਈਏ ਯਾਰੀਆਂ ਨੂੰ ਛਾਲ ਮਾਰ ਕੇ ਖੂਹ ਨੂੰ ਟੱਪੀਏ ਨਾ ਡੂੰਘੇ ਪਾਣੀ ਨਾ ਲਾਈਏ ਤਾਰੀਆਂ ਨੂੰ ਨਾਲ ਖੁਦਾ ਦੇ ਖੁਦੀ ਦਾ ਵੈਰ ਹੁੰਦਾ ਮਾਤ ਪੈਂਦੀ ਸਦਾ ਅੱਜ ਸਮਝ ਲਓ ਬਾਬਾ ਜੀ ਨਾ ਨੀ ਖੁਦਾ ਦੇ ਘਰ ਨਾ ਮੱਥਾ ਲਾਉਣ ਵਾਸਤੇ ਕਹਿੰਦੇ ਨਸ਼ੇ ਬੜੇ ਨੇ ਸਮਾਜ ਦੇ ਪਰ ਇੱਕ ਸਿਆਸਤ ਦਾ ਇੱਕ ਕੁਰਸੀ ਦਾ ਨਸ਼ਾ ਵੀ ਹੈ ਕਈ ਵਾਰੀ ਸਾਨੂੰ ਇਹ ਨਸ਼ਾ ਜਦੋਂ ਚੜਦਾ ਹੈ ਨਾ ਤੇ ਉਹ ਆਪਣਿਆਂ ਦਾ ਹੀ ਘਾਣ ਕਰ ਦਿੰਦਾ ਕਹਿੰਦੇ ਬੱਚਾ ਕੋਈ ਨੁਕਸਾਨ ਕਰੇ ਤੇ ਖਿਡੌਣਾ ਹੀ ਤੋੜ ਦੇਵੇਗਾ ਕੀ ਤੋੜ ਦੇਵੇਗਾ ਪਰ ਜਦੋਂ ਕੋਈ ਵੱਡਾ ਆਗੂ ਮੂਹਰੇ ਹੋ ਕੇ ਨੁਕਸਾਨ ਕਰੇ ਉਹ ਸਾਰੀ ਕੌਮ ਦਾ ਘਾਣ ਕਰਕੇ ਰੱਖ ਦਿੰਦਾ ਜਦੋਂ ਕੋਈ ਵੱਡਾ ਨੁਕਸਾਨ ਕਰੇ ਉਹ ਆਪਣਿਆਂ ਦਾ ਕਾਣ ਕਰਕੇ ਰੱਖ ਦਿੰਦਾ ਹੈ ਅੱਜ ਕੋਈ ਬਗਾਨੇ ਨਹੀਂ ਆਏ ਆਏ ਤੇ ਆਪਣਾ ਚੜ ਕੇ ਭਾਵਾਂ ਸਿੱਖ ਸਰਦਾਰ ਥੋੜੇ ਔਰ ਡੋਗਰਿਆਂ ਦੀ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ ਮੇਰੇ ਨਾਲ ਦੇ ਸਾਥੀ ਜਿਹੜੇ ਛੰਦ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਨੇ ਇਹਨਾਂ ਨੂੰ ਅਲਗੋਦੇ ਛੰਦ ਆਖਿਆ ਜਾਂਦਾ ਕਿਉਂਕਿ ਇਹ ਜਿਹੜਾ ਢਾਡੀ ਰਾਗ ਹੈ ਇਹ ਸੁਣਨਾ ਵੀ ਔਖਾ ਔਰ ਗਾਉਣਾ ਵੀ ਬੜਾ ਔਖਾ ਤੁਸੀਂ ਬੀਬੀਆਂ ਦੇ ਜਥੇ ਸੁਣੇ ਹੋਣਗੇ ਇੱਕ ਨਾ ਦੋ ਸਿੰਘ ਵਿੱਚ ਹੁੰਦੇ ਨੇ ਜ਼ਰੂਰ ਔਰ ਜਿਹੜਾ ਸਾਡਾ ਪੰਜਾਬ ਦੀ ਧਰਤੀ ਦੇ ਕਹੀਏ ਪਹਿਲਾ ਜਥਾ ਵਿਦੇਸ਼ ਵੀ ਜਾਣ ਦਾ ਮੌਕਾ ਮਿਲਿਆ ਜਿਹੜਾ ਪ੍ਰੋਪਰ ਬੀਬੀਆਂ ਦਾ ਜਥਾ ਕਈ ਵਾਰੀ ਸਟੇਜਾਂ ਤੇ ਆਈਦਾ ਹੈ ਹੁਣ ਜਿਨ੍ਹਾਂ ਨੇ ਨਹੀਂ ਸੁਣਿਆ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਸਿਆਣੇ ਬਜ਼ੁਰਗ ਆ ਕੇ ਕਹਿ ਹੀ ਦਿੰਦੇ ਮੈਨੂੰ ਮਜ਼ਾਕ ਨਾ ਆਹ ਜਿਹੜੀਆਂ ਤੇਰੇ ਨਾਲ ਮਰੀਆਂ ਦੀਆਂ ਕੁੜੀਆਂ ਇਹ ਗਾ ਲੈਂਦੀਆਂ ਇਹਨਾਂ ਸਿਹਤਾਂ ਦੇਖ ਕੇ ਤਾਂ ਲੱਗਦਾ ਨੀ ਇਹ ਗਾ ਲੈਂਦੀਆਂ ਇੱਕ ਇੱਕ ਪ੍ਰਸ਼ਾਦਾ ਆਹ ਜਿਹੜੀ ਨਾਲ ਦੀ ਭੈਣ ਹੈ ਦੋ ਤਿੰਨ ਦਿਨ ਦਾ ਗੈਪ ਪਾਈ ਜਾਂਦੀ ਹੈ ਕਈ ਵਾਰੀ ਪ੍ਰਸ਼ਾਦਾ ਛਕਣ ਪਰ ਪਾਤਸ਼ਾਹ ਦੀ ਰਹਿਮਤ ਹੈ ਆ ਤੱਕਾ ਜਰਾ ਕਹਿਣ ਰੱਤ ਸੀ ਰਾਜਨੀਤੀ ਤੇ ਨਾ ਗੁਲਾਮ ਸਿੰਘ ਕਹਿੰਦਾ ਬਾਬਾ ਜੀ ਤੁਸੀਂ ਸੰਤ ਹੋ ਨਾ ਤੇ ਸੰਤ ਬਣ ਬਾਬਾ ਜੀ ਇੱਕਦਮ ਉੱਠ ਕੇ ਖੜੇ ਹੋਏ ਅਦਰ ਸਿੰਘ ਸਰਦਾਰ ਆਇਆ ਉਹ ਕਹਿੰਦਾ ਕੀ ਬੋਲਦਾ ਚੱਕੇ ਤਲਵਾਰ ਦਾ ਨਾਲਾ ਗੁਲਾਮ ਸਿੰਘ ਦਾ ਭੋਗ ਪਾ ਕੇ ਰੱਖਦਾ ਤੱਕਾ ਜਰਾ ਉਹਨੇ ਕੀ ਅਮਰ ਇਨਸਾਨ ਨੂੰ ਪਾਰ ਕਰਦੇ
ਉਹ ਬਦੇ ਕਰਨ ਤੇ ਲਾਣ ਤਾਂ ਪੈਂਦਿਆ ਉਹਨੇ ਕੀ ਅਮਲ ਕਰਨ ਤੇ ਲੜਦਾਂ ਪੈਂਦੀਆਂ ਉਹ ਭਲੇ ਪੁਰਸ਼ਾਂ ਦਾ ਗਾਉਂਦੀ ਹੈ ਜਸ ਦੁਨੀਆ ਉਹ ਫਿੜਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਕਿਸੇ ਸੰਤ ਦੁਖਾ ਕੇ ਉਹ ਜਵਾਨਾ ਖੱਟਿਆ ਪੰਛੀਆ ਕਿਸੇ ਸੰਤ ਦਿਖਾ ਕੇ ਕਿਸੇ ਸੰਤ ਦਿਖਾ ਕੇ ਕਿਸੇ ਸੰਤ ਦਿਖਾ ਕੇ ਮਨ ਲਾ ਕੇ ਸ਼ੁਭ ਵਿਚਾਰ ਸੁਣੀਏ ਜੇਕਰ ਕੋਈ ਕਰਦਾ ਗਿਆਨ ਦੀ ਗੱਲ ਹੋਵੇ ਹੱਥੀ ਮਾਰ ਘੜਾ ਵੱਡੀ ਇਹਨਾਂ ਦੇ ਸੁਰੁਖ ਦਾ ਮਿੱਠੜਾ ਫਲ ਹੋਵੇ ਨਾ ਉੱਚਾ ਹੁੰਦਾ ਉਹਨਾਂ ਨਗਰਾਂ ਦਾ ਸਾਧੂ ਸੰਤ ਜਾਂ ਪਟਕੇ ਦਾ ਮਲ ਹੋਵੇ ਮੱਥਾ ਟੇਕੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਜਿਹਦੇ ਦਰ ਤੋਂ ਗੁਲਾਬ ਸਿੰਘ ਨੂੰ ਮਾਰ ਦਿੱਤਾ ਤੇ ਲਾਭ ਸਿੰਘ ਬਾਗ ਸਿੰਘ ਭੱਜ ਗਏ ਔਰ ਜਾ ਕੇ ਫੌਜ ਨੂੰ ਦੱਸਿਆ ਵੀ ਮੇਰੇ ਨਾਲ ਦੇ ਸਾਥੀ ਨੂੰ ਮਾਰ ਦਿੱਤਾ ਹੈ ਇਧਰੋਂ ਫੌਜ ਨੇ ਗੋਲੀਆਂ ਤੋਪਾਂ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ ਤੇ ਜਿੰਨੇ ਵੀ ਸਿੱਖ ਸਰਦਾਰ ਸਨ ਬਾਬਾ ਜੀ ਦੇ ਨਾਲ ਬਾਬਾ ਖੁਦਾ ਸਿੰਘ ਨੇ ਕਿਹਾ ਸੀ ਭਰਾ ਮਾਰੂ ਜੰਗ ਨਾ ਹੋ ਜਾਵੇ ਆਪਣੇ ਹੀ ਆ ਰਹੇ ਨੇ ਤੇ ਬਾਬਾ ਜੀ ਨੇ ਕਹਿ ਦਿੱਤਾ ਜੇ ਵਾਰ ਕਰਦੇ ਨੇ ਤੇ ਇਹਨਾਂ ਤੇ ਵਾਰ ਨਾ ਕੀਤਾ ਜਾਵੇ ਜੇ ਸ਼ਹਾਦਤ ਦਾ ਜੰਗ ਦੇਣਾ ਪਿਆ ਬਾਬਾ ਜੀ ਨੇ ਕਿਹਾ ਕਵਰ ਕਸ਼ਮੀਰਾ ਸਿੰਘ ਪਿਸ਼ੌਰਾ ਸਿੰਘ ਨੂੰ ਤੁਸੀਂ ਤਾਂ ਜਾ ਸਕਦੇ ਹੋ ਜੇ ਸਾਡੇ ਉੱਪਰ ਦਿਨਾਂ ਕੇ ਸ਼ਹੀਦ ਕਰਕੇ ਲੈ ਕੇ ਜਾਓਗੇ ਸਾਡੀ ਸ਼ਰਨ ਚ ਆਈ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ ਅਸੀਂ ਇਹਨਾਂ ਦੀ ਰੱਖਿਆ ਕਰਨੀ ਸਾਡਾ ਫਰਜ਼ ਬਣਦਾ ਜਿੰਨੇ ਵੀ ਬਾਬੇ ਦੇ ਨਾਲ ਬਾਬਾ ਜੀ ਦੇ ਨਾਲ ਸੰਗਤਾਂ ਸਨ ਛੋਟੇ ਛੋਟੇ ਬੱਚੇ ਵੀ ਉਸ ਸਮੇਂ ਸਨ ਉਹਨਾਂ ਨੇ ਕਿਹਾ ਬਾਬਾ ਜੀ ਗੁਰਮਤਿ ਦਾ ਗਿਆਨ ਦਿਆ ਕਰਦੇ ਸਨ ਬਾਬਾ ਜੀ ਦੇ ਕੋਲ ਆਣ ਕੇ ਬੱਚੇ ਰਿਹਾ ਕਰਦੇ ਸਨ ਜਦੋਂ ਤੋਪਾਂ ਦੇ ਗੋਲੇ ਛੱਡੇ ਨਾ ਜਿੱਥੇ ਸਿੱਖ ਸਰਦਾਰਾਂ ਨੇ ਸ਼ਹਾਦਤ ਦਾ ਜਾਮ ਕੀਤਾ ਉੱਥੇ ਬਾਬਾ ਵੀਰ ਸਿੰਘ ਸਾਹਿਬ ਦੇ 18 ਗੋਲੀਆਂ ਲੱਗੀਆਂ ਕਹਿੰਦੇ ਇੱਕ ਗੋਲਾ ਆਣ ਕੇ ਲੱਤ ਤੇ ਪੱਟ ਤੇ ਵੱਜਾ ਤੇ ਜਦੋਂ ਬਾਬਾ ਜੀ ਤੋਪ ਦਾ ਗੋਲਾ ਵੱਜਾ ਤੇ ਇੱਕ ਸੇਵਾਦਾਰ ਖੜਾ ਸੀ ਉਹਦੀ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਜਦੋਂ ਬਾਬਾ ਜੀ ਨੇ ਤੱਕਿਆ ਤੇ ਬਾਬਾ ਜੀ ਹੱਸ ਕੇ ਕਹਿੰਦੇ ਲਿਆ ਥੋੜਾ ਜਿਹਾ ਲੱਤ ਦਾ ਮਾਸ ਲਟਕਦਾ ਇਹਨੂੰ ਵੀ ਲਾ ਦਈਏ ਕਹਿੰਦੇ ਸਿੱਖਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ 18 ਗੋਲੀਆਂ ਲੱਗੀਆਂ ਉਹਦੇ ਵਿੱਚੋਂ 2 ਗੋਲੀਆਂ ਬਾਬਾ ਜੀ ਦੇ ਮੱਥੇ ਤੇ ਲੱਗੀਆਂ ਤੇ ਜਦੋਂ ਮੱਥੇ ਤੇ ਗੋਲੀਆਂ ਲੱਗੀਆਂ ਤੇ ਬਾਬਾ ਜੀ ਦਾ ਸਾਰਾ ਦਾੜਾ ਜਿਹੜਾ ਖੂਨ ਦੇ ਨਾਲ ਲੱਥ ਪੱਥ ਹੋ ਗਿਆ ਬਾਬਾ ਜੀ ਦੇ ਮੋਢਿਆਂ ਤੇ ਗੋਲੀਆਂ ਲੱਗੀਆਂ ਸਰੀਰ ਤੇ ਔਰ ਬਾਬਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਸਿੱਖ ਸਰਦਾਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ ਅੱਜ ਦਾ ਜਿਹੜਾ ਸਮਾਗਮ ਹੈ ਉਹਨਾਂ ਦੀ ਸ਼ਹਾਦਤ ਦਾ ਦਿਨ ਅਸੀਂ ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ ਬਾਬਾ ਵੀਰ ਸਿੰਘ ਸਾਹਿਬ ਉਹਨਾਂ ਦੇ ਸਥਾਨਾਂ ਤੇ ਅੱਜ ਵੀ ਤੁਸੀਂ ਜਦੋਂ ਆਣ ਕੇ ਨਮਸਕਾਰਾਂ ਕਰਦੇ ਹੋ ਜਿਹੜਾ ਭਾਵਨਾ ਨਾਲ ਹਾਜ਼ਰੀ ਲਾਉਂਦਾ ਹੈ ਨਾ ਮੱਥਾ ਟੇਕਦਾ ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਔਰ ਸਾਡੀ ਅਰਦਾਸ ਹੈ ਪਰਿਵਾਰ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਵੀ ਅਰਦਾਸ ਹੈ ਵੀ ਇਸੇ ਤਰ੍ਹਾਂ ਅਸੀਂ ਅੱਗੇ ਜਾ ਕੇ ਵੀ ਸੇਵਾ ਕਰਾਂਗੇ ਉਪਦੇਸ਼ ਦੀ ਧਰਤੀ ਤੇ ਪੱਕੇ ਹੋ ਜਾਣ ਭਾਈ ਸਾਹਿਬ ਅਸੀਂ ਵਾਹਿਗੁਰੂ ਦਾ ਬਾਬਾ ਵੀਰ ਸਿੰਘ ਸਾਹਿਬ ਦਾ ਸ਼ੁਕਰਾਨਾ ਕਰਾਂਗੇ ਧੰਨਵਾਦ ਕਰਾਂਗੇ ਇਸੇ ਤਰ੍ਹਾਂ ਸੇਵਾ ਕਰਾਂਗੇ ਬਹੁਤ ਸਾਰੇ ਪਿਆਰੇ ਰੱਬ ਬਸ ਕੀਤਾ ਪ੍ਰੇਮ ਦੀਆਂ ਬਾਗੇ ਉਹ ਰਹਿੰਦੇ ਉਹ ਮਸਤ ਦੀਵਾਨੇ
ਨਾਮ ਦੀਆਂ ਚੜੀਆਂ ਲੋਰਾ ਰਹਿੰਦੇ ਉਹ ਮਸਤ ਦੀਵਾਨੇ ਨਾਮ ਦੀਆਂ ਚੜੀਆਂ ਲੋਰਾ ਉਹ ਸੰਗਤੀ ਤੇ ਬਦਤੀ ਸੰਗਤੋਂ ਜੇ ਪ੍ਰੇਮ ਦੇ ਵਿੱਚ ਹੋਵੇ ਉਹ ਰੱਬ ਨੂੰ ਫਿਰ ਆਉਣਾ ਪੈਂਦਾ ਜੇ ਪ੍ਰੇਮ ਵਿੱਚ ਖਿੱਚ ਹੋਵੇ ਉਹ ਰੱਬ ਨੂੰ ਫਿਰ ਆਉਣਾ ਪੈਂਦਾ ਜੇ ਪ੍ਰੇਮ ਵਿੱਚ ਖਿੱਚ ਹੋਵੇ ਪਾਪ ਸਾਗਰ ਤੋਂ ਤਰ ਜਾਂਦਾ ਉਹ ਉਹਦੀਆਂ ਲੱਗ ਜਾਣ ਜੇ ਮੋਰ ਭਗਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਭਗਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਬਾਬਾ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਉਹਨਾਂ ਦੇ ਚਰਨਾਂ 'ਚ ਨਮਸਕਾਰਾਂ ਕਰਦੇ ਹਾਂ ਅਮਰ ਸ਼ਹੀਦ ਬਾਬਾ ਵੀਰ ਸਿੰਘ ਸਾਹਿਬ ਸਾਰਿਆਂ ਤੇ ਕਿਰਪਾ ਕਰਨ ਔਰ ਜਿਨ੍ਹਾਂ ਦੇ ਸਥਾਨਾਂ ਤੇ ਜਿਨ੍ਹਾਂ ਦੀ ਯਾਦ ਅੰਦਰ ਬਣਿਆ ਹੋਇਆ ਗੁਰੂ ਘਰ 365 ਗੁਰਦੁਆਰੇ ਔਰ ਬਾਬਾ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਆ ਪੁਰਾਣੇ ਸਮੇਂ ਅੰਦਰ ਗੁਰੂ ਘਰ ਬਣਾਏ ਜਾਂਦੇ ਸਨ ਵੀ ਜਿਹਦਾ ਕੋਈ ਆਸਰਾ ਨਹੀਂ ਸੀ ਨਾ ਗੁਰਦੁਆਰਾ ਸਾਹਿਬ ਆਣ ਕੇ ਰਹਿ ਸਕਦਾ ਰਹਿਸ਼ ਮਿਲਦੀ ਸੀ ਪ੍ਰਸ਼ਾਦਾ ਪਾਣੀ ਛਕਦਾ ਔਰ ਜਿਹਨੂੰ ਕੋਈ ਨੀ ਸਾਂਭਦਾ ਨਾ ਉਹ ਇੱਕ ਦਿਨ ਇੱਕ ਗੁਰਦੁਆਰਾ ਸਾਹਿਬ ਜਾਵੇ ਦੂਸਰੇ ਦਿਨ ਦੂਸਰੇ ਗੁਰਦੁਆਰਾ ਸਾਹਿਬ ਜਾਵੇ ਉਹਦਾ ਸਾਲ ਵਾਸੇ ਇਹ ਬਾਬਾ ਵੀਰ ਸਿੰਘ ਸਾਹਿਬ ਜੀ ਦੀ ਕਿਰਪਾ ਏ ਉਸ ਸਮੇਂ ਬੱਚੇ ਆਣ ਕੇ ਗੁਰਮਤਿ ਦਾ ਗਿਆਨ ਬਾਬਾ ਜੀ ਪਾਸੋਂ ਲਿਆ ਕਰਦੇ ਸਨ ਇਤਿਹਾਸ ਅਸੀਂ ਆਪ ਜੀ ਦੇ ਨਾਲ ਸਨ ਭਾਈ ਸਰਦਾਰ ਊਧਮ ਸਿੰਘ ਜੀ ਉਹਨਾਂ ਦੀ ਵਾਰ ਦੇ ਵਾਸਤੇ ਪ੍ਰਬੰਧਕਾਂ ਵੱਲੋਂ ਜੋ ਹੁਕਮ ਹੋਇਆ ਸ਼ੌਕ ਅੰਦਰ ਅਸੀਂ ਜ਼ਿਕਰ ਕਰਨੇ ਜਿਸ ਸਮੇਂ ਜ਼ਿਲ੍ਹਿਆਂ ਵਾਲਾ ਬਾਗ ਦਾ ਸਾਕਾ ਹੋਇਆ ਤੇ ਉਸ ਸਮੇਂ ਬੇ ਕਸੂਰ ਸ਼ਹੀਦ ਹੋਏ ਤੇ ਸਰਦਾਰ ਊਧਮ ਸਿੰਘ ਨੇ ਉਸ ਸਮੇਂ ਤੱਕਿਆ ਤੇ ਚੱਕ ਕੇ ਮਿੱਟੀ ਮਸਤਕ ਦੇ ਨਾਲ ਲਾਈ ਖੂਨ ਦੇ ਨਾਲ ਲਿਬੜੀ ਹੋਈ ਮਿੱਟੀ ਪ੍ਰਣ ਕੀਤਾ ਜਿਨ੍ਹਾਂ ਨੇ ਅੱਜ ਬੇਕਸੂਰਾਂ ਨੂੰ ਸ਼ਹੀਦ ਕੀਤਾ ਨਾ ਜ਼ਿਲ੍ਹਿਆਂ ਵਾਲੇ ਬਾਗ ਮੈਂ ਉਹਨਾਂ ਤੋਂ ਬਦਲਾ ਜ਼ਰੂਰ ਲਵਾਂਗਾ ਤੇ ਲੰਡਨ ਦੀ ਧਰਤੀ ਤੇ ਚਲੇ ਗਿਆ ਇੰਗਲੈਂਡ ਚਲੇ ਗਿਆ ਸਰਦਾਰ ਊਧਮ ਸਿੰਘ ਭਾਵਾਂ ਕਈ ਵਾਰੀ ਪਾਸਪੋਰਟ ਨਾਮ ਬਦਲ ਕੇ ਵੀ ਬਣਾਏ ਮਕਸਦ ਇੱਕ ਸੀ ਮੰਜ਼ਿਲ ਇੱਕ ਸੀ ਸਮਾਂ ਲੱਗ ਜਾਂਦਾ ਪਰ ਜੇਕਰ ਇਹ ਨਿਸ਼ਾਨ ਚਾਹਵੇ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸਰ ਮਾਈਕਲ ਅਡਵਾਇਰ ਦੀ ਭਾਲ ਦੇ ਅੰਦਰ ਹੈ ਇੱਕ ਦਿਨ ਪਾਸਪੋਰਟ ਆਫਿਸ ਚ ਗਿਆ ਤੇ ਦੇਖਿਆ ਵੀ ਇੱਕ ਬੋਰਡ ਲੱਗਾ ਕੈਕਸਟਨ ਹਾਲ ਦੇ ਵਿੱਚ ਇੱਕ ਮੀਟਿੰਗ ਹੋ ਰਹੀ ਹੈ ਜਿੱਥੇ ਸਰ ਮਾਈਕਲ ਅਡਵਾਇਰ ਸਰ ਲੂਇਸ ਸਰ ਜਾਟਲੈਂਡ ਹੋਰ ਵੀ ਬੜੇ ਜਿਹੜੇ ਨੁਮਾਇੰਦੇ ਆ ਰਹੇ ਨੇ ਸਰਕਾਰੀ ਨੁਮਾਇੰਦੇ ਇਹਨਾਂ ਨੇ ਵਿਚਾਰਾਂ ਕਰਨੀਆਂ ਤੇ ਸਰਦਾਰ ਊਧਮ ਸਿੰਘ ਦੇ ਉਸੇ ਸਮੇਂ ਖੂਨ ਨੇ ਮਾਰਿਆ ਉਬਾਲੇ ਘਰੇ ਗਏ ਇੱਕ ਕਿਤਾਬ ਦੇ ਵਿੱਚ ਕੱਟ ਕੇ ਵਿੱਚ ਰਿਵਾਲਵਰ ਰੱਖਿਆ ਔਰ ਆਪਣੇ ਨਾਲ ਲੈ ਕੇ ਤੁਰਿਆ ਜਦੋਂ ਗੋਰੇ ਦੀ ਵਾਰੀ ਆਈ ਨਾ ਸਰ ਮਾਈਕਲ ਅਡਵਾਇਰ ਦੀ ਕੋਈ ਕਹਿੰਦਾ ਵੀ ਲੋਕਾਂ ਦੇ ਉੱਪਰ ਏਦਾਂ ਰਾਜ ਕਰਨਾ ਚਾਹੀਦਾ ਕੋਈ ਕਹਿੰਦਾ ਏਦਾਂ ਰਾਜ ਕਰਨਾ ਚਾਹੀਦਾ ਤੇ ਜਦੋਂ ਸਰ ਮਾਈਕਲ ਅਡਵਾਇਰ ਦੀ ਵਾਰੀ ਆਈ ਤੇ ਗੋਰਾ ਨਾਲੇ ਟੇਬਲ ਤੇ ਹੱਥ ਮਾਰਦਾ ਤੇ ਨਾਲੇ ਦੱਸਦਾ ਵੀ ਮੈਂ ਰਾਜ ਕਿਵੇਂ ਕੀਤਾ ਕੋਈ ਕਹਿੰਦਾ ਡੰਡੇ ਦੀ ਮਾਰ ਨੂੰ ਸਮਝਦੇ ਨੇ ਕੋਈ ਦਬਕੇ ਦੀ ਮਾਰ ਨੂੰ ਸਮਝਦੇ ਨੇ ਸਮਝਾਇਆ ਨਾ ਮੈਂ ਪੰਜਾਬੀਆਂ ਨੂੰ ਗੋਲੀ ਦੀ ਮਾਰ ਦੇ ਨਾਲ ਜਿਲ੍ਹਿਆਂ ਵਾਲੇ ਬਾਗ ਕਹਿੰਦੇ ਜਦੋਂ ਉਹਨੇ ਇਹ ਗੱਲ ਕਹੀ ਤੇ ਇੱਕਦਮ ਉੱਠ ਕੇ ਆਵਾਜ਼ ਦਿੱਤੀ ਆ ਪਾਪੀਏ ਠਹਿਰ ਸੱਤ
ਸਿੰਘ ਸਰਦਾਰ ਬਦਲਾ ਲੈਣ ਦਾ। ਓਏ ਮੈਂ ਮੁਕਾਬਲਾ ਕਦੋਂ ਮੌਕਾ ਮਿਲ ਜਾਵੇ ਤੇਰਾ ਭੋਗ ਤੇ ਅੱਜ ਪਾ ਕੇ ਜਾਣਾ। ਕਵੀ ਕ ਲਿਖਦਾ ਲਿਖਦੇ ਰੋਪੇ ਨੂੰ ਲਿਖਦੇ ਸਭਨ ਰਾਸ ਦੇ ਨੇੜੇ ਟੁੱਟਦੇ ਨਾ ਹੁੰਦੇ ਇਹ ਸੂਰਜ ਜੱਟਾ ਹੋਵਾਂ ਦੇ ਬੁਲੇ ਸਦਾ ਵਗਦੇ ਰਹਿੰਦੇ ਨੇ ਰੁਕਦੇ ਨਾ ਹੁੰਦੇ ਬਹਾਰਾਂ ਦੀ ਸ਼ਾਦੀ ਨੂੰ ਸੰਗਣੀ ਬਣਾ ਕੇ ਜੋ ਸੋਮੇ ਨਿਕਲਦੇ ਆ ਸੱਤਵੇਂ ਨਾ ਹੁੰਦੇ ਅੱਜ ਮੈਂ ਜਾਣ ਤਾਈ ਦੇ ਟਕਾਈ ਉਹ ਦੁਨੀਆ ਚ ਘੁੰਮਦੇ ਨੇ ਕਦੀ ਚੁੱਕਦੇ ਨਹੀਂ ਹੁੰਦੇ ਲਾਣਾ ਤੇ ਕਾਰਾ ਕਾਰ ਕਾਰ ਗੋੜੀਆ ਸਰ ਮਾਈਕਲ ਵਾੜੂ ਅਡਵਾਈਰ ਦੇ ਹੇ ਸਟੇਜੀ ਉੱਤੇ ਬੋਲਦਾ ਬੜਾ ਮਾਜ਼ਾ ਰਿਹਾ ਸੰਗ ਪਾੜੇ ਸੁਣ ਸਕਿਆ ਨਾ ਗਬਰੂ ਸੁਣਾਉਂਦਾ ਗੁਰੂ ਸੁਨਾਵਾ ਤਦ ਚੱਪ ਲਾ ਕਰੀ ਚੇ ਤਾੜ ਕਰ ਫੁਰਤੀ ਰਵਾਲਵਰ ਤਾੜਿਆ ਚਲਾਈ ਫਿਰ ਹੇਠ ਨੂੰ ਇੱਕ ਭਾਰ ਕੇ
ਤੀਜਾ ਫਿਰ ਫਿਰ ਪੇਟ ਵਿੱਚ ਮਾਰਿਆ ਪੇਟ ਵਿੱਚ ਮਾਰਿਆ ਉਹਦਾ ਕਰਤਾ ਸਰੀਰ ਬਣਾਰ ਮੇਰੇ ਹਿੰਦ ਦਾ ਸਟੇਲ ਤਿੰਨ ਸਾਤਾ ਸਟੇਜ ਤੇ ਨਿਸਾਲਦਾ ਬੀਬੀ ਭਾਵੇਂ ਜੇ ਸ਼ਕਲ ਬਣਾੜ ਸਾਰੇ ਹਾਜ ਹੋ ਮੇਰੀ ਦਾਦਿਆ ਸਾਰੇ ਹਾਜ ਦੁਹਾਈ ਮੱਚ ਗਈ ਹੋ ਜਿਵੇਂ ਲੇਲੀਆਂ ਨੂੰ ਪਿਆ ਬਗਿਆੜ ਜੂਲਾ ਗਲੋ ਗੁਲਾਮੀ ਦਾ ਲਾਉਣ ਦੇ ਲਈ ਪ੍ਰਣ ਕੀਤਾ ਹੈ ਕੌਮੀ ਪ੍ਰਵਾਨਿਆਂ ਨੇ ਕਫੜ ਬੰਨ ਕੇ ਆਪਣੇ ਸਿਰਾਂ ਉੱਤੇ ਢੋਲੇ ਮੌਤ ਦੇ ਗਾਏ ਦੀਵਾਨੇ ਗੋਲੀ ਇੱਕ ਦੋ ਸੀਨਿਓ ਪਾਰ ਹੁੰਦੀ ਪਾਈਆਂ ਜੱਗ ਵਿੱਚ ਧੁੰਮਾਂ ਨਿਸ਼ਾਨਿਆਂ ਨੇ ਓਏ ਹੱਕ ਹਿੱਕ ਵੇ ਜ਼ੋਰ ਨਾਲ ਲੈ ਜਾਈਏ ਗੱਲਾਂ ਸੱਚੀਆਂ ਆਖੀਆਂ ਜਿਹਨੂੰ ਆਪਣਾ ਗਲੇ ਨਾ ਲਾਏ ਭੁੱਲ ਕੇ ਕਰਨਾ ਪਿਆਰ ਕੀ ਉਹਨੂੰ ਬੇਗਾਨਿਆਂ ਨੇ ਕਾਲੇ ਕਾਗਜ਼ ਤੂੰ ਲੱਖ ਨਿਰਦੋਸ਼ ਕਰ ਲੈ ਯਾਦ ਰਹਿਣਾ ਪਰ ਕੌਮੀ ਸਰਦਾਰ ਊਧਮ ਸਿੰਘ ਨੇ ਫਿਰ ਲੰਡਨ ਦੀ ਧਰਤੀ ਤੇ ਜਾ ਕੇ ਸਰ ਮਾਈਕਲ ਐਡਵਾਇਰ ਦਾ ਭੋਗ ਪਾਇਆ ਮਾਰ ਕੇ ਗੋਲੀਆਂ ਮਾਰਿਆ ਜਿਲਿਆਂ ਵਾਲੇ ਬਾਗ ਦਾ ਜਿਹੜਾ ਬਦਲਾ ਲਿਆ ਭਾਵਾਂ ਇਹ ਛੋਟੀ ਉਮਰ ਚ ਯਤੀਮ ਹੋ ਗਿਆ ਸੀ ਯਤੀਮ ਖਾਨੇ ਅੰਮ੍ਰਿਤਸਰ ਰਹਿਣਾ ਪਿਆ ਪਹਿਲਾਂ ਮਾਂ ਤੁਰ ਗਈ ਦੋ ਭਰਾ ਸੀ ਫੇ ਪਿਤਾ ਜੀ ਰੇਲਵੇ ਲਾਈਨ ਤੇ ਨੌਕਰੀ ਕਰਦੇ ਸਨ ਉਹਨਾਂ ਦੀ ਵੀ ਮੌਤ ਹੋ ਗਈ ਅੰਮ੍ਰਿਤਸਰ ਗਏ ਸੀ ਦੀਵਾਲੀ ਦੇ ਸਮਾਗਮ ਤੇ ਉੱਥੇ ਪਿਤਾ ਜੀ ਦੀ ਮੌਤ ਹੋ ਗਈ ਔਰ ਚੈਂਚਲ ਸਿੰਘ ਜਿਨ੍ਹਾਂ ਦਾ ਕੀਰਤਨੀ ਜਥਾ ਸੀ ਉਹਨਾਂ ਦੀ ਜਾਣ ਪਛਾਣ ਸੀ ਇਹਨਾਂ ਦੇ ਪਿਤਾ ਜੀ ਦੇ ਨਾਲ ਉਹਨਾਂ ਨੇ ਯਤੀਮ ਖਾਨੇ ਭਰਤੀ ਕਰਵਾਇਆ ਪਰ ਵੱਡਾ ਭਰਾ ਵੀ ਉਹ ਵੀ ਸਾਥ ਛੱਡ ਗਿਆ ਜਿਹੜਾ ਮਾਂ ਬਾਪ ਦੇ ਜਗ੍ਹਾ ਤੇ ਸਾਥ ਦਿੰਦਾ ਸੀ ਉਹ ਵੀ ਦੁਨੀਆਂ ਤੋਂ ਚਲੇ ਗਿਆ ਔਰ ਸਰਦਾਰ ਊਧਮ ਸਿੰਘ ਨੇ ਜਿਵੇਂ ਸੰਘਰਸ਼ ਜਿਵੇਂ ਪ੍ਰਣ ਪੂਰਾ ਕੀਤਾ ਹੈ ਇਤਿਹਾਸ ਬੜਾ ਪਿਆਰ ਵਾਲਾ ਹੈ ਜਾਂ ਸੁਣਨ ਵਾਲਾ ਇਤਿਹਾਸ ਤੁਸੀਂ ਹੁਕਮ ਲਾਇਆ ਕਿ ਢਾਡੀ ਵਾਰ ਅਸੀਂ ਆਪ ਜੀ ਦੇ ਨਾਲ ਸੁਣ ਪਾਈ ਪ੍ਰਬੰਧਕਾਂ ਵੱਲੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ ਫਿਰ ਸਮਾਂ ਮਿਲਿਆ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰਾਂਗੇ ਗੁਰ ਇਤਿਹਾਸ ਵਿੱਚੋਂ ਵਿਚਾਰਾਂ ਦੀ ਸਾਂਝ ਪਾਵਾਂਗੇ ਮੈਂ ਬਜ਼ੁਰਗਾਂ ਦਾ ਧੰਨਵਾਦ ਕਰ ਜਾਵਾਂ ਨਾਲ ਦੇ ਸਾਥੀ ਵਾਰ ਦੀ ਸਾਂਝ ਪਾ ਰਹੇ ਸੀ ਔਰ ਬਜ਼ੁਰਗ ਖੁਸ਼ ਹੋ ਰਹੇ ਸਨ ਤੇ ਬੈਠੇ ਏਦਾਂ ਹੱਥ ਖੜਾ ਕਰਕੇ ਆਸ਼ੀਰਵਾਦ ਦੇ ਰਹੇ ਸਨ ਧੰਨਵਾਦ ਮੇਰੇ ਨਾਲ ਦੇ ਸਾਥੀ ਜੋਤ ਕੌਰ ਢੱਡ ਉਹਨਾਂ ਦੀ ਤੁਸੀਂ ਸੋਹਣੀ ਲਈ ਹੋਣੀ ਹੈ ਬਹੁਤ ਵਾਰੀ ਸਟੇਜਾਂ ਤੋਂ ਇਹਨਾਂ ਨੂੰ ਇਹਨਾਂ ਦੀ ਢੱਡ ਕਰਕੇ ਜਿਹੜਾ ਸਪੈਸ਼ਲੀ ਨਾਮ ਮਿਲਦਾ ਉੱਥੇ ਸਾਥੀ ਕੁਲਵੰਤ ਕੌਰ ਇਹਨਾਂ ਦੀ ਵੀ ਬੜੀ ਆਵਾਜ਼ ਪਿਆਰੀ ਮਿੱਠੀ ਹੈ ਸੁਰੰਗੀ ਤੇ ਵੀ ਭੈਣ ਕੁਲਵੰਤ ਕੌਰ ਦਾਸ ਦੀ ਛੋਟੀ ਭੈਣ ਇਹ ਜਥਾ ਤੁਹਾਡਾ ਆਪਣਾ ਜਥਾ ਇਹ ਦਾਸ ਬੀਬੀ ਜਸਵੀਰ ਕੌਰ ਜੱਸ ਪਿੰਡ ਹੈਦਰਾਬਾਦ ਬੇਟ
ਮੇਵਾ ਸਿੰਘ ਦੇ ਬਿਲਕੁਲ ਨਜ਼ਦੀਕ ਜਿਹੜਾ ਸਾਡਾ ਨਗਰ ਹੈ। ਕਈ ਵਾਰੀ ਇਹਨਾਂ ਇਲਾਕਿਆਂ ਚ ਸੰਗਤਾਂ ਨੂੰ ਨਹੀਂ ਪਤਾ, ਭਾਵੇਂ ਅਸੀਂ ਕੈਨੇਡਾ ਜਾਏ, ਨਿਊਜ਼ੀਲੈਂਡ ਜਾਏ, ਦੋ ਵਾਰੀ ਆਸਟ੍ਰੇਲੀਆ ਜਾਏ, ਪਰ ਜਿਹੜਾ ਸਾਡਾ ਜਥਾ ਉਹ ਸੁਲਤਾਨਪੁਰ ਲੋਧੀ ਵਾਲੀਆਂ ਬੀਬੀਆਂ ਜਾਂ ਇਸ ਨਾਮ ਦੇ ਨਾਲ ਜਥਾ ਜਿਹੜਾ ਜਾਣਿਆ ਜਾਂਦਾ ਹੈ, ਔਰ ਸਾਡਾ ਨਗਰ ਹੈਦਰਾਬਾਦ ਬੇਟ ਥੋੜਾ ਸੁਲਤਾਨਪੁਰ ਤੋਂ ਪਰਲੀ ਸਾਈਡ ਤੇ ਥੋੜੀ ਦੂਰੀ ਤੇ ਹੈ। ਜਦੋਂ ਵੀ ਤੁਸੀਂ ਹੁਕਮ ਲਾਓਗੇ ਅਸੀਂ ਆਪਦੀ ਦੇ ਸਨਮੁਖ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਪਹੁੰਚਾਂਗੇ। ਧੰਨਵਾਦ ਭੈਣਾਂ ਦਾ, ਵੀਰਾਂ ਦਾ, ਬਜ਼ੁਰਗਾਂ ਦਾ, ਜਿਨ੍ਹਾਂ ਨੇ ਤੁਸੀਂ ਹਾਜ਼ਰੀ ਲਵਾਈ ਸਾਡੇ ਤੋਂ ਬਾਅਦ ਭਾਈ ਸਾਹਿਬ ਆਏ ਹੋਏ ਨੇ, ਅਸੀਂ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ। ਮੈਨੂੰ ਯਾਦ ਹੈ ਕਦੀ ਸਾਨੂੰ ਆਪਣਾ ਸਮਾਂ ਪਹਿਲਾਂ ਭੁੱਲਣਾ ਨਹੀਂ ਚਾਹੀਦਾ। ਕਈ ਵਾਰੀ ਆਪਾਂ ਕਹਿੰਦੇ ਯਾਦ ਨਹੀਂ ਕਰਨਾ ਚਾਹੀਦਾ, ਮੈਂ ਕਹਿੰਦੇ ਜਿਹੜੇ ਕੀਮਤੀ ਪਲ ਨੇ ਉਹ ਯਾਦ ਕਰਨੇ ਚਾਹੀਦੇ ਨੇ। ਜਦੋਂ ਅਸੀਂ ਸ਼ੁਰੂਆਤ ਕੀਤੀ ਔਰ ਸ਼ੁਰੂਆਤ ਸਾਨੂੰ ਬਿਲਕੁਲ ਹੀ ਨਹੀਂ ਸੀ ਪਤਾ, ਕੋਈ ਜੋ ਸੋਚਦਾ ਹੈ, ਔਰ ਅਸੀਂ ਕਦੀ ਸੋਚਿਆ ਹੀ ਨਹੀਂ ਸੀ ਵੀ ਅਸੀਂ ਇੱਥੋਂ ਤੱਕ ਆ ਜਾਵਾਂਗੇ। ਮੈਨੂੰ ਯਾਦ ਹੈ ਕਈ ਵਾਰੀ ਅਸੀਂ ਭਾਈ ਸਾਹਿਬ ਹੁਣਾਂ ਨੂੰ ਮਿਲਣਾ ਹੈ ਤੇ ਮੈਂ ਕਹਿਣਾ ਵੀ ਵੀਰ ਜੀ ਮੇਰੀ ਇੱਛਾ ਹੈ ਕੋਈ ਮੈਨੂੰ ਤੁਸੀਂ ਸ਼ੇਰ ਲਿਖਵਾ ਸਕਦੇ ਹੋ, ਮੈਂ ਸੱਚ ਗੱਲ ਸਟੇਜ ਤੇ ਮਹਾਰਾਜ ਦੀ ਹਜ਼ੂਰੀ ਚ ਕਹਿ ਰਹੇ। ਇੱਕ ਦੋ ਸਮਾਗਮਾਂ ਤੇ ਗਏ, ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਤੇ ਮੈਂ ਭਾਈ ਸਾਹਿਬ ਨੂੰ ਕਿਹਾ ਵੀ ਤੁਸੀਂ ਮੈਨੂੰ ਸ਼ੇਰ ਕੋਈ ਲਿਖਵਾ ਸਕਦੇ ਹੋ, ਔਰ ਇਹਨਾਂ ਨੇ ਇੱਕ ਦੋ ਸ਼ੇਰ ਲਿਖਵਾਏ, ਮੈਨੂੰ ਅੱਜ ਵੀ ਯਾਦ ਹੈ। ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ, ਕਿਉਂਕਿ ਮਹਾਰਾਜ ਨੇ ਰਹਿਮਤ ਕੀਤੀ, ਭਾਵੇਂ ਵਿਦੇਸ਼ਾਂ ਦੀ ਧਰਤੀ ਤੇ ਵੀ ਸੰਗਤਾਂ ਇੰਨਾ ਮਾਣ ਦਿੰਦੀਆਂ। ਮੈਂ ਜਦੋਂ ਆਈ ਇੱਥੇ ਤੇ ਭਾਈ ਸਾਹਿਬ ਪ੍ਰਿੰਟਿੰਗ ਪ੍ਰੈਸ ਵਾਲੇ ਕਹਿੰਦੇ ਤੁਹਾਨੂੰ ਯਾਦ ਹੋਣਾ, ਮੈਂ ਕਿਹਾ ਸ਼ਾਇਦ ਤੁਹਾਨੂੰ ਭੁੱਲ ਗਈ ਹੋਵੇ ਗੱਲ, ਪਰ ਮੈਨੂੰ ਯਾਦ ਹੈ। ਅੱਜ ਦਾਸ ਦਾ ਜਿਹੜਾ ਨਾਮ ਹੈ ਜਸਵੀਰ ਕੌਰ ਜੱਸ, ਜਸਵੀਰ ਕੌਰ ਨਾਲ ਤਖਲਸ ਜਿਹੜਾ ਜੱਸ ਹੈ। ਕਈ ਵਾਰੀ ਜਥੇ ਇੱਕੋ ਨਾਮ ਦੇ ਜਾਂ ਬੀਬੀਆਂ ਸਿੰਘ ਹੁੰਦੇ ਨੇ ਨਹੀਂ ਪਤਾ ਲੱਗਦਾ। ਜਦੋਂ ਪਹਿਲੀ ਵਾਰੀ ਅਸੀਂ ਕਾਰਡ ਬਣਾਉਣਾ ਸੀ ਨਾ ਤੇ ਭਾਈ ਸਾਹਿਬ ਦੀ ਦੁਕਾਨ ਤੇ ਅਸੀਂ ਲੋਹੀਆਂ ਗਏ, ਉਹਨਾਂ ਤੇ ਕੋਈ ਤਖਲਸ ਹੋਣਾ ਚਾਹੀਦਾ। ਉੱਥੇ ਭਾਈ ਸਾਹਿਬ ਉਹਨਾਂ ਨੇ ਵਿਚਾਰ ਕੀਤੀ ਕਿ ਉਹਨਾਂ ਜਿਹੜਾ ਨਾਮ ਦੇ ਨਾਲ ਜਸ ਜਿਹੜਾ ਤਖਲਸ ਰੱਖ ਦਿੱਤਾ ਜਾਵੇ। ਮੈਂ ਕਿਹਾ ਇਹਨਾਂ ਨੂੰ ਨਹੀਂ ਯਾਦ ਹੈ, ਪਰ ਮੈਨੂੰ ਤੇ ਹਰ ਇੱਕ ਪਲ ਜਿਹੜਾ ਉਹ ਯਾਦ ਹੈ। ਉਸ ਸਮੇਂ ਤੋਂ ਵਾਹਿਗੁਰੂ ਨੇ ਰਹਿਮਤ ਐਸੀ ਕੀਤੀ, ਔਰ ਅਸੀਂ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਉਹਨਾਂ ਨੇ ਜਿਹੜਾ ਮਾਣ ਦੇ ਕੇ ਨਵਾਜਿਆ। ਭਾਵਾਂ ਇਹਨਾਂ ਕੋਲ ਇੰਨੇ ਜਥੇ ਜਾਂਦੇ ਨੇ, ਮੈਨੂੰ ਲੱਗਦਾ ਪਿੰਡ ਆਣ ਕੇ ਦੱਸ ਦੇ ਨੇ ਵੀ ਫਲਾਣੇ ਜਥੇ ਨੂੰ ਬੁਲਾ ਲਓ, ਜੇਕਰ ਨਹੀਂ ਕਰਦੇ ਹੁਣ ਸਾਨੂੰ ਤੇ ਇੰਨਾ ਪੁਰਾਣਾ ਜਾਣਦੇ ਇਹਨਾਂ ਦੇ ਸਾਹਿਬ। ਨਾਲ ਵੀ ਚਲੋ ਜਿਹੜਾ ਆਪਣਾ ਇਲਾਕੇ ਦਾ ਜਥਾ ਠੀਕ ਠਾਕ ਹੀ ਹੋਣਾ ਹੈ, ਔਰ ਕਿਤੇ ਅਸੀਂ ਕਹਿੰਦੇ ਵੀ ਠੀਕ ਠਾਕ ਸਮਝ ਕੇ ਹੀ ਸਾਨੂੰ ਮਾਣ ਦੇ ਦਿਆ ਕਰੋ। ਧੰਨਵਾਦ ਹੈ, ਅੱਜ ਤੁਸੀਂ ਯਾਦ ਕੀਤਾ ਔਰ ਸਪੈਸ਼ਲੀ ਤੌਰ ਤੇ ਫਿਰ ਤੋਂ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਸੇਵਾ ਕਰਦੇ ਨੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ। ਕਈ ਵਾਰੀ ਆਪਾਂ ਕਹਿੰਦੇ ਨਾਮ ਨਹੀਂ ਲੈਣਾ ਚਾਹੀਦਾ, ਪਰ ਲੈਣਾ ਚਾਹੀਦਾ। ਜਿੱਥੇ ਸਤਿਕਾਰ ਬਣਦਾ ਉੱਥੇ ਦੇਣਾ ਚਾਹੀਦਾ ਸਤਿਕਾਰ ਉਹਨਾਂ ਨੂੰ, ਔਰ ਜੇ ਕੋਈ ਸੇਵਾ ਕਰਦਾ ਉਹਨਾਂ ਵੱਲ ਦੇਖ ਕੇ ਹੋਰ ਵੀ ਪਰਿਵਾਰ ਜਿਹੜੇ ਸੇਵਾ ਕਰਦੇ ਨੇ। ਸਰਦਾਰ ਭੁਪਿੰਦਰ ਸਿੰਘ ਜੀ ਉਹ ਵਿਦੇਸ਼ ਦੀ ਧਰਤੀ ਤੇ ਪੱਕੇ ਹੋ ਜਾਣ, ਉਹਨਾਂ ਵੱਲੋਂ ਘਰੇ ਬੁਲਾ ਕੇ ਵਿਦਾਸ ਦੇ ਜਥੇ ਨੂੰ ਬਹੁਤ ਮਾਣ ਸਤਿਕਾਰ ਦੇ ਕੇ ਨਵਾਜਿਆ ਗਿਆ। ਅਸੀਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਸਾਰੇ ਹੀ ਜਿੰਨੇ ਵੀ ਆਪਾਂ ਬਾਬਾ ਵੀਰ ਸਿੰਘ ਸਾਹਿਬ ਦੇ ਸਥਾਨਾਂ ਤੇ ਆਏ, ਸਾਰੇ ਆਪਾਂ ਬਾਬਾ ਜੀ ਦੇ ਬੱਚੇ ਹਾਂ, ਕਿਰਪਾ ਕਰਨ ਬੜੇ ਔਗਣ ਸਾਡੇ ਚ ਨੇ।
ਸਾਡੇ ਲਈ ਤੁਸੀਂ ਅਰਦਾਸ ਕਰਨੀ ਮਹਾਰਾਜ ਕਿਰਪਾ ਕਰਨ ਕੋਟ ਕੋਟ ਵਾਰ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਫਕੀਰ ਰਾ ਦਿਖਾਉਂਦਾ ਨਾ ਜੇ ਤੂੰ ਸਾਨੂੰ ਭੁੱਲੇ ਨੂੰ ਗੁਰੂ ਜੀ ਜੇ ਤੂੰ ਸਾਨੂੰ ਰੱਬ ਦਾ ਫਕੀਰਾਂ ਦੇਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆ ਨੂੰ ਗੁਰੂ ਨੂੰ ਮਿਲਾਉਂਦਾ ਉਹ ਕਿਨੇ ਸਾਨੂੰ ਸਿੱਕੀ ਵਾਲੀ ਰੰਗਤ ਚੜਾਉਣੀ ਸੀ ਕਿਨੇ ਸਾਡੀ ਬਾਜਾ ਵਾਲੇ ਨੂੰ ਫੜਾਉਣੀ ਸੀ ਕਿਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਾਉਣੀ ਕਿਨੇ ਸਾਡੀ ਬਾਜਾ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਚੱਲੀ ਬੇੜੀ ਡੁੱਬ ਚੱਲੀ ਜਿਹੜੀ ਤੁਸਾਂ ਪਰ ਲਾਈਏ ਮਿਣੀ ਉਦੋਂ ਤੋਨੇ ਮਹਾਣੀ ਨੂੰ ਵਾਦ ਸਾਈਏ ਮਿਣੀ ਉਦੋਂ ਤੋਨੇ ਮਹਾਣੀਆਂ ਨੂੰ ਵਾਦ ਸਾਈਏ ਮਾਨਾ ਤੇਰੀ ਦੀਦ ਕੇ ਕਾਬਲ ਨਹੀਂ ਹੂੰ ਮੈਂ ਮਾਨਾ ਕਿ ਤੇਰੀ ਦੀਦ ਕੇ ਕਾਬਲ ਨਹੀਂ ਹੂੰ ਮੈਂ ਪਰ ਮੇਰਾ ਸ਼ੌਂਕ ਦੇ ਟੈਲੀਕਾਸਟ ਹੋ ਰਿਹਾ ਸਮੁੱਚੀ ਟੀਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਸਾਉਣ ਵਾਲੇ ਵੀਰਾਂ
ਟੀਚਰ ਦੀ ਕਲਾ ਲਈ ਅਰਦਾਸ ਕਰਦੇ ਹਾਂ ਭਾਈ ਸਾਹਿਬ ਪਰਮਜੀਤ ਸਿੰਘ ਜੀ ਜਿਹੜੇ ਸਟੇਜ ਦੀ ਸੇਵਾ ਨੂੰ ਸੰਭਾਲ ਰਹੇ ਨੇ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਇਹਨਾਂ ਵੱਲੋਂ ਬੇਅੰਤ ਮਾਣ ਸਤਿਕਾਰ ਦੇ ਕੇ ਨਵਾਜਿਆ ਗਿਆ। ਸਤਿਕਾਰਯੋਗ ਸਰਦਾਰ ਚੈਤਨ ਸਿੰਘ ਜੀ, ਸਾਧੂ ਸਿੰਘ ਜੀ, ਉਹਨਾਂ ਦਾ ਧੰਨਵਾਦ। ਸਾਰੀ ਸਤਿਕਾਰ ਯੋਗ ਮਾਫੀ ਚਾਹੁੰਦੇ ਹਾਂ ਵੀ ਅਸੀਂ ਹੋਰ ਕਿਸੇ ਦੇ ਨਾਮ ਦਾ ਜਿਹੜਾ ਜ਼ਿਕਰ ਨਹੀਂ ਕੀਤਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਾਣਦੇ ਨੇ ਸਾਰਿਆਂ ਦੀਆਂ ਮਨੋਕਾਮਨਾ ਪੂਰੀ ਕਰਨੇ। ਅੱਜ ਦੇ ਮੇਲੇ ਹੋਏ ਪਤਾ ਨੀ ਫਿਰ ਕਦੋਂ ਮਿਲਣਾ। ਇਹ ਰਹਿਮਤ ਕਰਨ ਸੱਚੇ ਪਾਤਸ਼ਾਹ ਮਹਾਰਾਜ, ਮੈਂ ਸ਼ੇਰ ਦੀਆਂ ਚੰਦ ਲਾਈਨਾਂ ਕਹਿਣੀਆਂ। ਔਰ ਇੱਕ ਜਕਾਰਾ ਸਰਬੱਤ ਦੇ ਭਲੇ ਲਈ ਲਾਉਣਾ। ਕਹਿੰਦੇ ਕੌਮ ਦੀ ਜ਼ਿੰਦਗੀ ਖਾਤਰ ਕਈ ਵਾਰੀ ਮਨ ਮਾਰਨਾ ਪੈਂਦਾ ਹੈ, ਆਜ਼ਾਦੀ ਜਿੱਤਣ ਲਈ ਕਈ ਵਾਰੀ ਹਾਰਨਾ ਪੈਂਦਾ। ਇਹ ਆਸ਼ਕਾਂ ਦੇ ਖੂਨ ਚ ਸਾਲੋ ਰਗਾਉਂਦੀ ਹੈ, ਉਹ ਆਜ਼ਾਦੀ ਮੁਫ਼ਤ ਨਹੀਂ ਮਿਲਦੀ, ਇਹਦਾ ਮੁੱਲ ਤੋਰਨਾ ਪੈਂਦਾ। ਸਾਰੇ ਸਾਥ ਦਿਓ ਤੇ ਭਲੇ ਲਈ ਇੱਕ ਜਕਾਰਾ ਬੋਲੇ। ਕਿਰਪਾ ਕਰਨ ਪਾਤਸ਼ਾਹ ਮਹਾਰਾਜ ਫਤਿਹ ਦੇ ਨਾਲ ਸਾਥ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ